ਨਾਦਰ ਸ਼ਾਹ ਈਰਾਨ ਤੋਂ ਚੜ੍ਹ ਕੇ ਹਿੰਦੁਸਤਾਨ ਵੱਲ ਆਇਆ। 2.5 ਲੱਖ ਫੌਜ ਉਹਦੇ ਕੋਲ ਸੀ। ਉਹਨੇ ਰਸਤੇ 'ਚ ਕਾਬਲ, ਕੰਧਾਰ, ਜਲਾਲਾਬਾਦ, ਪਸ਼ਾਵਰ, ਮੁਲਤਾਨ, ਲਾਹੌਰ ਨੂੰ ਫਤਿਹ ਕੀਤਾ ਅਤੇ ਦਿੱਲੀ ਜਾ ਡੇਰਾ ਲਾਇਆ। ਦਿੱਲੀ ਨੂੰ ਬੁਰੀ ਤਰ੍ਹਾਂ ਲੁੱਟਿਆ। ਕਹਿੰਦੇ ਅਰਬਾਂ ਖਰਬਾਂ ਰੁਪਈਆ, ਨਗਦ, ਹੀਰੇ ਮੋਤੀ, ਤਖ਼ਤੇ ਤਾਊਸ ਜੋ 9 ਕਰੋੜ ਦਾ ਬਣਿਆ ਹੋਇਆ ਸੀ, ਕੋਹੇਨੂਰ ਹੀਰਾ ਜੋ ਅੱਜ ਕੱਲ੍ਹ ਅੰਗਰੇਜ਼ਾਂ ਕੋਲ ਲੰਡਨ ਵਿੱਚ ਹੈ, ਪਾਂਡਵਾਂ ਦੇ ਸਮੇਂ ਦਾ ਹੀਰਾ, ਅਤੇ ਖਾਲਸਾ ਜੀ ਮੁਗਲ ਆਜ਼ਮ ਹੀਰਾ, ਗੁਲਾਬੀ ਹੀਰਾ ਅਤੇ ਹੋਰ ਬੜਾ ਕੁਝ ਸਮਾਨ ਉਹ ਲੁੱਟ ਕੇ ਲੈ ਗਿਆ। ਨਾਦਰ ਨੇ ਮੁਹੰਮਦ ਸ਼ਾਹ ਰੰਗੀਲਾ, ਮੁਗਲ ਬਾਦਸ਼ਾਹ ਹਿੰਦੁਸਤਾਨ ਦਾ ਜੋ ਬਾਦਸ਼ਾਹ ਸੀ, ਔਰੰਗਜ਼ੇਬ ਦਾ ਪੜਪੋਤਰਾ, ਉਹਦੀ ਲੜਕੀ ਦੇ ਨਾਲ ਆਪਣਾ ਨਿਕਾਹ ਪੜਿਆ ਅਤੇ ਆਪਣੇ ਪੁੱਤਰ ਨੂੰ ਵੀ ਉਸੇ ਖਾਨਦਾਨ 'ਚ ਵਿਆਹਿਆ। ਆਪਣੇ ਪਰਿਵਾਰ ਦੇ ਬਹੁਤ ਸਾਰੇ ਭਤੀਜੇ ਭਣੇਵਿਆਂ ਦੀ ਸ਼ਾਦੀ ਮੁਗਲੀਆ ਖਾਨਦਾਨ ਦੀਆਂ ਸੁੰਦਰ ਸਜਾਦੀਆਂ ਨਾਲ ਕੀਤੀ ਔਰ 1 ਦਿਨ ਵਿੱਚ 70,000 ਬੰਦਾ ਦਿੱਲੀ 'ਚ ਕਤਲ ਵੀ ਕਰਵਾ ਦਿੱਤਾ। 22,000 ਲੜਕੀਆਂ ਬੰਨ ਕੇ ਲੜਕੇ ਕੈਦ ਕਰਕੇ ਕਾਬਲ ਵੱਲ ਵਾਪਸ ਪਰਤਿਆ। ਉਸ ਨਾਦਰ ਨੇ ਮੁਗਲਾਂ ਦੀ ਜਿਹੜੀ ਰਾਜਧਾਨੀ ਸਦੀਆਂ ਤੋਂ ਦਿੱਲੀ ਸੀਗੀ, ਉਸ ਦਿੱਲੀ ਦੇ ਪੈਰ ਢਿੱਲੇ ਕਰ ਦਿੱਤੇ, ਤਾਕਤ ਖਤਮ ਕਰ ਦਿੱਤੀ, ਦਿੱਲੀ ਢਿੱਲੀ ਹੋ ਗਈ। ਸੋ ਦਿੱਲੀ ਦੀ ਇਹ ਕਮਜ਼ੋਰੀ ਖਾਲਸੇ ਦੇ ਵਾਸਤੇ ਰਾਸ ਆ ਗਈ। ਸਿੰਘ ਉਹਨਾਂ ਦਿਨਾਂ 'ਚ ਕਾਮਯਾਬ ਹੋ ਗਏ, ਕਿਉਂਕਿ ਜੇ ਦਿੱਲੀ ਵਾਲੇ ਕਾਮਯਾਬ ਸਨ ਤਾਂ ਉਹ ਸਿੰਘਾਂ ਨੂੰ ਜੀਣ ਨਹੀਂ ਸੀ ਦਿੰਦੇ। ਪੰਜਾਬ ਦੇ ਵਿੱਚ ਜ਼ਕਰੀਆ ਖਾਂ ਸਿੱਖਾਂ ਨੂੰ ਨਹੀਂ ਸੀ ਜੀਣ ਦਿੰਦਾ, ਉੱਤੋਂ ਦਿੱਲੀ ਵਾਲੇ ਕਹਿੰਦੇ ਸੀ ਵੀ ਬਾਗੀ ਕੋਈ ਰਹਿਣ ਨਹੀਂ ਦੇਣਾ। ਸੋ ਇਹ ਹਾਲਾਤ ਜਦੋਂ ਬਦਲ ਗਏ, ਉਸ ਵੇਲੇ ਦੀ ਕਥਾ ਭਾਈ ਸਾਹਿਬ ਜੀ ਰਤਨ ਸਿੰਘ ਜੀ ਭੰਗੂ ਲਿਖ ਰਹੇ ਹੈ। ਇਹ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਤੋਂ 30 ਸਾਲ ਬਾਅਦ ਦੀ ਘਟਨਾ ਹੈ। ਮਹਾਰਾਜ 1708 ਵਿੱਚ ਜੋਤੀ ਜੋਤ ਸਮਾਏ, ਇਹ 1738 'ਚ ਨਾਦਰ ਆਇਆ ਅਤੇ 39 'ਚ ਵਾਪਸ ਗਿਆ। ਦੋਹਰਾ ਸਿੰਘਣ ਕੀ ਫਰਿਆਦ ਜਬ ਪੁੱਜੀ ਸੱਚੀ ਦਰਗਾਹੇ। ਜਦੋਂ ਰੋਜ਼ ਹਜ਼ਾਰਾਂ ਸਿੱਖ ਮਾਰੇ ਜਾਂਦੇ ਸੀ, ਸਿੱਖਾਂ ਦੇ ਬੱਚੇ ਵੀ ਕੋਹ ਕੇ ਮਾਰ ਦਿੱਤੇ ਜਾਂਦੇ ਸੀ, ਸਿੱਖਾਂ ਨੂੰ ਘਰਾਂ ਵਿੱਚ ਰਹਿਣਾ ਨਸੀਬ ਨਹੀਂ ਸੀ ਔਰ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਉਸ ਵੇਲੇ ਉਹਨਾਂ ਗਰੀਬ ਸਿੱਖਾਂ ਦੀਆਂ ਪੁਕਾਰਾਂ ਉਹ ਸੱਚੀ ਦਰਗਾਹ 'ਚ ਪਹੁੰਚ ਗਈਆਂ। ਆਫਤ ਉੱਠੀ ਖੁਰਾਸਾਨ ਤੇ ਪਰੀ ਦਿੱਲੀ ਪਰ ਆਏ। ਆਫਤ ਉੱਠੀ ਖੁਰਾਸਾਨ ਤੇ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਪਹਿਲਾਂ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਹੋਇਆ ਸੀ, ਜਦੋਂ ਬਾਬਰ ਆਇਆ ਸੀ, ਕਹਿੰਦੇ ਉੱਧਰੋਂ ਹੀ ਫਿਰ ਆਫਤ ਉੱਠੀ। ਨਾਦਰ ਸ਼ਾਹ ਚੜ੍ਹ ਕੇ ਆਇਆ ਲਗਭਗ 250 ਸਾਲ ਬਾਅਦ। ਉਸ ਨਾਦਰ ਨੇ ਆ ਕੇ ਦਿੱਲੀ ਦਾ ਉਹ ਹਾਲ ਕੀਤਾ ਜਿਹੜਾ ਕਦੀ ਬਾਬਰ ਨੇ ਕੀਤਾ ਸੀ। ਦੋਹਰਾ ਦਿੱਲੀ ਖੂਬ ਸੋ ਉਨ ਲੁੱਟੀ ਡੇਰਾ ਬਰਸ ਕਰਾਏ। 1 ਸਾਲ ਨਾਦਰ ਦਿੱਲੀ ਬੈਠਾ ਰਿਹਾ ਅਤੇ ਦਿੱਲੀ ਨੂੰ ਖੂਬ ਲੁੱਟਿਆ। ਦਿੱਲੀ ਦਾ ਖਜ਼ਾਨਾ ਸਦੀਆਂ ਪੁਰਾਣਾ ਸਾਂਭਿਆ ਪਿਆ ਸੀ, ਜਿਹਦੇ ਵਿੱਚ ਬੇਸ਼ੁਮਾਰ ਹੀਰੇ ਮੋਤੀ, ਸੋਨਾ ਚਾਂਦੀ, ਕਈ ਹਾਥੀ ਅਤੇ ਊਠ ਲੱਦ ਕੇ ਲੈ ਗਿਆ। ਉਹ 1 ਸਾਲ ਇੱਥੇ ਰਹਿ ਕੇ ਦਿੱਲੀ ਨੂੰ ਬੁਰੀ ਤਰ੍ਹਾਂ ਲੁੱਟਿਆ ਅਤੇ ਕਤਲ ਕੀਤਾ। ਦਰਬ ਪਦਮ ਕਈ ਲੈ ਗਇਓ ਫਿਰ ਪੁੱਛਿਓ ਖਾਨੂ ਆਏ। ਕਈ ਅਰਬਾਂ ਖਰਬਾਂ ਰੁਪਈਆ, ਪਦਮ ਦੱਸਿਆ ਵੀ ਅਰਬ ਖਰਬ, ਉਸ ਤੋਂ ਅੱਗੇ ਨੀਲ ਹੁੰਦਾ ਫਿਰ ਪਦਮ ਹੁੰਦਾ, ਉਹਨੂੰ 10-10 ਨਾਲ ਗੁਣਾ ਕਰੀ ਜਾਓ ਅਤੇ ਕਿਤੇ ਜਾ ਕੇ ਗੱਲ ਪੈਂਦੀ ਹੈ।
ਇੱਦਾਂ ਕਈ ਅਰਬਾਂ ਖਰਬਾਂ ਰੁਪਈਆ ਲੈ ਗਿਆ, ਦਿੱਲੀ ਤੋਂ ਵਾਪਸ ਪਰਤਿਆ। ਜਦੋਂ ਵਾਪਸ ਪਰਤਿਆ, ਕਰਨਾਲ ਕੁਰਸ਼ੇਤਰ ਟੱਪ ਕੇ ਨਾਦਰ ਨੇ, ਉਹ ਆਪ ਦੇ ਅੱਗੇ ਚਲਾ ਗਿਆ, ਉਹਦੀਆਂ ਫੌਜਾਂ ਪਿੱਛੇ ਆ ਰਹੀਆਂ ਸਨ। ਫੌਜ ਬੜੀ ਸੀ ਉਹਦੀ, 2.5 ਲੱਖ ਫੌਜ ਸੀ, 22,000 ਬੱਚੇ, ਬੱਚੀਆਂ, ਕੁੜੀਆਂ, ਮੁੰਡੇ, ਨੌਜਵਾਨ, ਲੜਕੀਆਂ ਬੜੀਆਂ ਸੁੰਦਰ ਸੁੰਦਰ ਉਹ ਬੰਨ ਕੇ ਲੈ ਚੱਲਿਆ। ਉਸ ਵੇਲੇ ਦਾ ਇੱਕ ਗਾਣਾ ਮਾਈਆਂ ਪੁਰਾਣੀਆਂ ਗਾਉਂਦੀਆਂ ਹੁੰਦੀਆਂ ਸੀ ਪੰਜਾਬ 'ਚ, ਹੁਣ ਤਾਂ ਪੰਜਾਬ ਦੇ ਲੋਕ ਗੀਤ ਅੱਜ ਕੱਲ੍ਹ ਖਤਮ ਹੀ ਹੁੰਦੇ ਜਾ ਰਹੇ ਆ। ਪੁਰਾਣੀਆਂ ਮਾਈਆਂ ਚਰਖਾ ਕੱਤਦੀਆਂ ਅਤੇ ਗੀਤ ਗਾਉਂਦੀਆਂ ਸੀ, ਟੱਪੇ ਗਾਉਂਦੀਆਂ ਸੀਗੀਆਂ, ਮਾਈਆ ਗਾਣਾ ਉਹਦੇ ਵਿੱਚ ਗਾਉਂਦੀਆਂ ਸੀ, ਛਈ 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 ਗਈ ਰੰਨ ਬਸਰੇ ਨੂੰ ਗਈ, ਵੇ ਮੋੜੀ ਬਾਬਾ ਡਾਂਗ ਵਾਲਿਆ, ਵੇ ਮੋੜੀ ਬਾਬਾ ਕੱਛ ਵਾਲਿਆ। ਉਹ ਬੀਬੀਆਂ ਦੀ ਉਹ ਪੁਕਾਰ ਸੀ ਜਿਹੜੀ ਨਾਦਰ ਸ਼ਾਹ ਦੀਆਂ ਬੰਨੀਆਂ ਹੋਈਆਂ ਲੜਕੀਆਂ ਪੁਕਾਰ ਰਹੀਆਂ ਸਨ ਕਿ ਖਾਲਸਾ ਸਾਨੂੰ ਆ ਕੇ ਛੁਡਾਵੇ। ਅਤੇ ਸਾਧ ਸੰਗਤ ਜੀ, ਸਿੰਘਾਂ ਦੇ ਜਥੇਦਾਰ ਨਵਾਬ ਕਪੂਰ ਸਿੰਘ, ਬਾਬਾ ਦੀਪ ਸਿੰਘ, ਬਾਬਾ ਦਰਬਾਰਾ ਸਿੰਘ, ਹੋਰ ਜਿਹੜੇ ਮੁਖੀ ਸਿੰਘ ਸਨ, ਉਹਨਾਂ ਸਾਰਿਆਂ ਸਿੰਘਾਂ ਦੇ ਜਥੇ ਨਿੱਤਰੇ, ਉਹਨਾਂ ਸਿੰਘਾਂ ਨੇ ਨਾਦਰ ਨੂੰ ਰਸਤੇ 'ਚੋਂ ਲੁੱਟ ਲਿਆ। ਲੁੱਟਿਆ ਬੜੇ ਤਰੀਕੇ ਨਾਲ, 2,000 ਦੇ ਜਥੇ ਬਣਾ ਲਏ ਆਪਣੇ। ਇੱਕ ਪਾਸਿਓ ਸਿੰਘਾਂ ਦਾ 2,500 ਦਾ ਦਲ ਆਉਂਦਾ ਸੀਗਾ, ਉਹ ਲੜਕੀਆਂ ਨੂੰ ਛੁਡਾ ਕੇ ਦੂਜੇ ਪਾਸੇ 50-100 ਮੀਲ ਅੱਗੇ ਨਿਕਲ ਜਾਂਦਾ ਸੀਗਾ। ਉਹਦੇ ਪਿੱਛੇ ਜਿੰਨੇ ਜਿਹਨਾਂ ਨੂੰ ਜਾਂਦੇ ਸੀ, ਵਿੱਚੋਂ ਹੋਰ ਦਲ ਖਾਲਸੇ ਦਾ ਵਿੱਚੋਂ ਦੀ ਆ ਕੇ ਦੂਜੇ ਪਾਸੇ ਛੁਡਾ ਕੇ ਹੋਰ ਪਾਸੇ ਨਿਕਲ ਜਾਂਦਾ ਸੀਗਾ। ਨਾਦਰ ਦੀ ਫੌਜ ਨੂੰ ਬੋਲੀ ਨਹੀਂ ਸੀ ਸਿੱਖਾਂ ਦੀ ਸਮਝ ਆਉਂਦੀ, ਉਹਨਾਂ ਨੂੰ ਸਿੱਖਾਂ ਦੇ ਗੋਡਵਾਲ ਜਿਹੜੇ ਖਾਲਸੇ ਦੇ ਗੁਪਤ ਬੋਲੇ ਸੀ ਉਹ ਤਾਂ ਕੀ ਸਮਝ ਆਉਣੇ ਸੀਗੇ ਪੰਜਾਬ ਦੇ। ਸੋ ਖਾਲਸੇ ਨੇ ਇੱਦਾਂ ਨਾਦਰ ਦੇ ਕੋਲੋਂ 22,000 ਲੜਕੀਆਂ ਛੁਡਾ ਲਈਆਂ, ਬੜੇ ਲੱਖਾਂ ਰੁਪਈਆ ਨਾਦਰ ਦੇ ਕੋਲੋਂ ਖੋਹ ਲਿਆ, ਚੰਗੇ ਚੰਗੇ ਘੋੜੇ ਵੀ ਸਿੰਘ ਖੋਹ ਕੇ ਲੈ ਗਏ। ਉਸ ਲੁੱਟ ਦੀ ਮਾਰ ਵਿੱਚੋਂ ਚੰਗਾ ਚੰਗਾ ਤਰਦਾ ਤਰਦਾ ਗੱਫਾ ਖਾਲਸਾ ਲੈ ਕੇ ਜੰਗਲਾਂ ਚਲਾ ਗਿਆ। ਚਾਉ ਪਈ ਪੁੱਛਿਓ ਨਾਦਰ ਨੇ ਖਾਨੂੰ ਆਈ। ਨਾਦਰ ਲਾਹੌਰ ਪਹੁੰਚਿਆ, ਉਹਨੂੰ ਖਬਰਾਂ ਮਿਲੀਆਂ ਵੀ ਰਸਤੇ 'ਚ ਤੇਰੇ ਦਲ ਨੂੰ ਕਿਸੇ ਨੇ ਲੁੱਟ ਲਿਆ ਹੈ। ਹਿੰਦੁਸਤਾਨੀਆਂ ਵਿੱਚੋਂ, ਪੰਜਾਬੀਆਂ ਵਿੱਚੋਂ ਇੱਕ ਜਥਾ ਹੈ ਜਿਹਨਾਂ ਨੂੰ ਸਿੱਖ ਕਹਿੰਦੇ ਆ, ਉਹਨਾਂ ਨੇ ਅਜੇ ਆਪਾਂ ਤਾਂ ਸਿੱਖ ਕਹਿੰਦੇ ਹਾਂ ਨਾ, ਉਹ ਜਿਹੜੇ ਨੇ ਉਹ ਖੱਖਾ ਨਹੀਂ ਬੋਲ ਸਕਦੇ, ਉਹ ਸਿੱਖ ਕਹਿੰਦੇ। ਸਿੱਖ ਅਜੇ ਵੀ ਉੱਧਰ ਜਾਓ ਤੁਸੀਂ ਅਫਗਾਨਿਸਤਾਨ ਵੱਲੋਂ, ਸਾਨੂੰ ਸਿੱਖ ਕਹਿੰਦੇ, ਕੱਕੇ ਨਾਲ ਬੋਲਦੇ ਆ, ਕਹਿੰਦੇ ਕੋਈ ਸਿੱਖ ਨੇ ਉਹਨਾਂ ਨੇ ਸਾਨੂੰ ਲੁੱਟ ਲਿਆ। ਜਦੋਂ ਇੱਦਾਂ ਦੱਸਿਆ ਤਾਂ ਨਾਦਰ ਸ਼ਾਹ ਬੜਾ ਹੈਰਾਨ ਹੋਇਆ, ਕਹਿੰਦੇ ਕੌਣ ਨੇ ਉਹ, ਕਿੱਦਾਂ ਦੇ ਨੇ? ਉਹਨੇ ਉਸ ਵੇਲੇ ਜੋ ਪੰਜਾਬ ਦਾ ਗਵਰਨਰ ਸੀ ਜ਼ਕਰੀਆ ਖਾਨ, ਖਾਨੂੰ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਪੁੱਛਿਆ। ਹਮਕੋ ਲੁੱਟਣ ਦਾਰ ਬਤਾਈ। ਨਾਦਰ ਕਹਿੰਦਾ ਜ਼ਕਰੀਆ ਖਾਨ ਮੈਨੂੰ ਉਹਨਾਂ ਦਾ ਐਡਰੈਸ ਦੇ ਦੇ, ਉਹਨਾਂ ਦਾ ਪਤਾ ਦੇ ਦੇ ਜਿਨ੍ਹਾਂ ਨੇ ਹਮਕੋ ਲੁੱਟਿਆ ਹੈ, ਮੈਨੂੰ ਲੁੱਟਿਆ ਹੈ। ਮੈਂ ਈਰਾਨ ਤੋਂ ਆਇਆ, ਈਰਾਨ ਤੋਂ ਅਫਗਾਨਿਸਤਾਨ, ਪੰਜਾਬ ਉਦੋਂ ਪਾਕਿਸਤਾਨ ਨਹੀਂ ਸੀਗਾ, ਈਰਾਨ ਅਤੇ ਅਫਗਾਨਿਸਤਾਨ ਅਤੇ ਅੱਗੇ ਪੰਜਾਬ ਆ ਜਾਂਦਾ ਸੀ, ਪੰਜਾਬ ਤੋਂ ਅੱਗੇ ਦਿੱਲੀ ਸੀ। ਕਹਿੰਦਾ ਈਰਾਨ ਤੋਂ ਲੈ ਕੇ ਦਿੱਲੀ ਤੱਕ ਮੇਰੇ ਸਾਹਮਣੇ ਕੋਈ ਅੜਿਆ ਨਹੀਂ, ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟਿਆ, ਮੈਨੂੰ ਜਰਾ ਉਹਨਾਂ ਦਾ ਨਾਂ ਦੱਸ ਦੇ। ਜਿਨ ਲੁੱਟ ਖਾਇਓ ਹਮਰੋ ਰਾਹੋ। ਜਿਨ੍ਹਾਂ ਨੇ ਮੇਰਾ ਰਾਹ ਰੋਕਿਆ ਹੈ, ਜਿਨ੍ਹਾਂ ਨੇ ਮੇਰਾ ਰਾਹ ਲੁੱਟ ਖਾਧਾ ਹੈ, ਮੇਰੀ ਰਾਹ ਜਾਂਦੀ ਫੌਜ ਦੇ ਕੋਲੋਂ ਲੜਕੀਆਂ ਛੁਡਾ ਕੇ ਲੈ ਗਏ ਨੇ, ਮੇਰੀ ਫੌਜ ਦੇ ਘੋੜੇ ਖੋਹ ਕੇ ਲੈ ਗਏ ਨੇ, ਮੇਰੀ ਫੌਜ ਦੇ ਕੋਲੋਂ ਪੈਸਾ ਟਕਾ ਖੋਹ ਕੇ ਲੈ ਗਏ ਨੇ, ਕੌਣ ਨੇ ਉਹ, ਦੱਸ ਤਾਂ ਸਹੀ ਜਰਾ। ਮੁਲਕ ਉਸੈ ਕੀ ਉਡਾ ਦਿਓ ਸਵਾਹੀ। ਮੈਂ ਉਹਨਾਂ ਸਿੱਖਾਂ ਦੇ ਮੁਲਕ ਦੀ ਸਵਾਹ ਵੀ ਉਡਾ ਦਿਆਂਗਾ, ਮੈਂ ਦੁਨੀਆਂ ਦੇ ਉੱਤੇ ਉਹਨਾਂ ਸਿੱਖਾਂ ਦਾ ਨਾਮੋ ਨਿਸ਼ਾਨ ਨਹੀਂ ਰਹਿਣ ਦਿਆਂਗਾ।
ਉਹ ਕਿਹੜੇ ਮੁਲਕ ਦੇ ਰਹਿਣ ਵਾਲੇ ਨੇ, ਉਹਨਾਂ ਦੀ ਜਾਤ ਕੀ ਹੈ, ਉਹਨਾਂ ਦੀ ਬਰਾਦਰੀ ਭਾਈਚਾਰਾ, ਉਹਨਾਂ ਦਾ ਟਿਕਾਣਾ ਦੱਸ ਦੇ ਜਰਾ ਮੈਨੂੰ। ਤਬ ਖਾਨੂ ਨੇ ਐਸ ਬਖਾਨੀ, ਨਾਦਰ ਸ਼ਾਹ ਦੀ ਗੱਲ ਸੁਣ ਕੇ ਖਾਨ ਬਹਾਦਰ ਜ਼ਕਰੀਆ ਖਾਨ ਏਦਾਂ ਕਹਿਣ ਲੱਗਾ, ਮੁਲਕ ਉਸੈ ਕੋ ਨਾਹੇ ਨਿਸ਼ਾਨੀ। ਕਹਿਣ ਲੱਗਾ ਜੀ, ਉਹਨਾਂ ਦੇ ਮੁਲਕ ਦੀ ਕੋਈ ਨਿਸ਼ਾਨੀ ਨਹੀਂ ਹੈ, ਉਹਨਾਂ ਦਾ ਮੁਲਕ ਸਾਰੀ ਧਰਤੀ ਹੀ ਮੰਨਦੇ ਹਨ, ਉਹ ਸਾਰੀ ਧਰਤੀ ਦੇ ਮਾਲਕ ਆਪਣੇ ਆਪ ਨੂੰ ਕਹਿੰਦੇ ਹਨ। ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ, ਇੱਕ ਬਿਨ ਸੱਚੇ ਪਾਤਸ਼ਾਹੇ, ਇੱਕ ਅਕਾਲ ਪੁਰਖ ਤੋਂ ਡਰਦੇ ਨੇ, ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ। ਖੜੇ ਸੋਵੈ ਔ ਚਲਤੇ ਖਾਹੇ, ਉਹ ਖੜੇ ਖੜੇ ਸੌ ਲੈਂਦੇ ਨੇ, ਦਰਖਤਾਂ ਦੇ ਨਾਲ ਢਾਸਣਾ ਲਾ ਕੇ, ਤੇ ਚਲਦੇ ਚਲਦੇ ਖਾ ਲੈਂਦੇ ਨੇ। ਨਹ ਬੈਠੇ ਵੈ ਕਿਤੇ ਗਿਰਾਏ, ਕਿਸੇ ਪਿੰਡ ਸ਼ਹਿਰ ਚ ਘਰ ਬਣਾ ਕੇ ਨਹੀਂ ਰਹਿੰਦੇ। ਤੁਹਾਨੂੰ ਮੈਂ ਦੱਸ ਦਿੰਦਾ, ਜੇ ਉਹਨਾਂ ਦਾ ਕੋਈ ਪਿੰਡ ਹੁੰਦਾ ਤੇ ਉਹਨਾਂ ਦਾ ਘਰ ਹੁੰਦਾ, ਉਹਨਾਂ ਦਾ ਕੋਈ ਸ਼ਹਿਰ ਹੁੰਦਾ, ਮੈਂ ਦੱਸ ਦਿੰਦਾ, ਉਹਨਾਂ ਦਾ ਕੋਈ ਮੁਲਕ ਨਹੀਂ, ਕੋਈ ਪਿੰਡ ਨਹੀਂ, ਕੋਈ ਟਿਕਾਣਾ ਨਹੀਂ, ਉਹ ਘੋੜਿਆਂ ਦੀਆਂ ਕਾਠੀਆਂ ਤੇ ਚੜੇ ਰਹਿੰਦੇ ਨੇ। ਲੂਣ ਘਿਰਤ ਕੋ ਸਵਾਦ ਨਾ ਜਾਣੈ, ਉਹ ਲੂਣ ਤੇ ਘਿਓ ਦਾ ਸਵਾਦ ਨਹੀਂ ਜਾਣਦੇ, ਉਹਨਾਂ ਨੂੰ ਪਤਾ ਨਹੀਂ ਵੀ ਲੂਣ ਕੀ ਚੀਜ਼ ਹੁੰਦੀ ਹੈ, ਯਾਨੀ ਕਿ ਕਦੀ ਰੋਟੀ ਚੱਜ ਨਾਲ ਖਾਧੀ ਨਹੀਂ, ਜੇ ਚੱਜ ਨਾਲ ਖਾਧੀ ਤਾਂ ਹੀ ਪਤਾ ਹੁੰਦਾ ਨਾ ਵੀ ਲੂਣ ਹੈ ਕਿ ਨਹੀਂ ਹੈ। ਘਿਓ ਦਾ ਉਹਨਾਂ ਨੂੰ ਪਤਾ ਨਹੀਂ ਵੀ ਥਿੰਦਾ ਵੀ ਕਦੀ ਕੋਈ ਖਾ ਕੇ ਵੇਖਿਆ, ਇਹੋ ਜਿਹੇ ਲੋਕ ਹਨ, ਉਹਦੇ ਜੰਗਲਾਂ 'ਚ ਰਹਿੰਦੇ ਨੇ। ਹਮ ਦੁੱਖ ਦੇਵੈ ਵੈ ਸੁੱਖ ਮਾਨੈ, ਅਸੀਂ ਉਹਨਾਂ ਨੂੰ ਤਸੀਹੇ ਦਿੰਦੇ ਹਾਂ, ਦੁੱਖ ਦਿੰਦੇ ਹਾਂ, ਅਸੀਂ ਉਹਨਾਂ 'ਤੇ ਜ਼ੁਲਮ ਕਰਦੇ ਹਾਂ, ਉਹ ਸਾਡੇ ਜ਼ੁਲਮਾਂ ਨੂੰ ਸੁੱਖ ਸਮਝਦੇ ਨੇ। ਹਮ ਦੁੱਖ ਦੇਵੈ ਉਹ ਸੁੱਖ ਮਾਨੈ, ਅਸੀਂ ਦੁੱਖ ਦਿੰਦੇ ਹਾਂ, ਉਸ ਦੁੱਖ ਨੂੰ ਸੁੱਖ ਸਮਝਦੇ ਨੇ। ਹਾੜ ਨਾ ਦਿਨ ਭਰ ਪੀਵੈ ਪਾਣੀ, ਇਹ ਬਾਦਸ਼ਾਹ ਨਾਦਰ, ਹਾੜ ਦਾ ਮਹੀਨਾ ਹੁੰਦਾ, ਕਹਿਰ ਦੀ ਗਰਮੀ ਹੁੰਦੀ ਹੈ, ਧਰਤੀ ਸੜ ਰਹੀ ਹੁੰਦੀ ਹੈ, ਅਤੇ ਜਦੋਂ ਬੰਦੇ ਦੇ ਬੁੱਲ ਸੁੱਕਦੇ ਅਤੇ ਘੁੱਟ ਘੁੱਟ ਪਾਣੀ ਬੰਦਾ ਘੜੀ ਘੜੀ ਪੀਂਦਾ, ਉਹ ਸਿੱਖ ਇਹੋ ਜਿਹੀ ਮਿੱਟੀ ਦੇ ਬਣੇ ਨੇ, ਹਾੜ ਦਾ ਮਹੀਨਾ ਸਾਰਾ ਸਾਰਾ ਦਿਨ ਪਾਣੀ ਤੋਂ ਬਿਨਾਂ ਕੱਟ ਲੈਂਦੇ ਨੇ। ਹਾੜ ਨਾ ਦਿਨ ਭਰ ਪੀਵੇ ਪਾਣੀ, ਪਾਣੀ ਤੋਂ ਬਿਨਾਂ ਘੋੜੇ ਦੀ ਕਾਠੀ ਤੇ ਲੜੀ ਜਾਂਦੇ ਨੇ। ਸਿਆਲੇ ਰੱਖੇ ਨਾ ਅਗਨ ਨਿਸ਼ਾਨੀ, ਔਰ ਹੋਰ ਤਾਂ ਹੋਰ, ਸਿਆਲ ਦੇ ਦਿਨਾਂ 'ਚ ਠੰਡ ਬੜੀ ਹੁੰਦੀ ਹੈ, ਉੱਤੋਂ ਬਰਫ਼ ਪੈਂਦੀ ਹੈ, ਉਹਨਾਂ ਦੇ ਉੱਤੇ ਛੱਤ ਕੋਈ ਨਹੀਂ ਹੁੰਦਾ, ਦਰਖਤਾਂ ਥੱਲੇ ਖਲੋ ਕੇ ਘੋੜਿਆਂ ਦੇ ਉੱਤੇ ਬੈਠੇ ਬੈਠੇ ਰਾਤ ਕੱਟਦੇ ਨੇ, ਅੱਗ ਬਾਲ ਕੇ ਸੇਕਣ ਦੀ ਵੀ ਥਾਂ ਅਸੀਂ ਉਹਨਾਂ ਨੂੰ ਮੁਹਲਤ ਜਾਂ ਸਮਾਂ ਨਹੀਂ ਦਿੰਦੇ, ਉਹ ਭੱਜੇ ਰਹਿੰਦੇ ਨੇ ਅੱਗੇ ਅੱਗੇ, ਸਾਡੇ ਪਿੱਛੇ ਸਾਡੀਆਂ ਫੌਜਾਂ ਉਹਨਾਂ ਦੇ ਪਿੱਛੇ ਉਹਨਾਂ ਦਾ ਸ਼ਿਕਾਰ ਕਰਨ ਲੱਗੀਆਂ ਰਹਿੰਦੀਆਂ ਨੇ। ਸਿਆਲੇ ਰੱਖੇ ਨਾ ਅਗਨ ਨਿਸ਼ਾਨੀ, ਇੱਕ ਜਾਂਗੀਆ ਇੱਕ ਸਿਰ ਪਟਕਾ, ਭੂਰੇ ਕਾਤੀ ਬਾਣਾ ਜਟਕਾ, ਇੱਕ ਕਸ਼ਹਿਰਾ ਹੁੰਦਾ ਗੋਡਿਆਂ ਤੱਕ, ਇੱਕ ਸਿਰ ਤੇ ਪਟਕਾ ਦਸਤਾਰ ਹੁੰਦੀ ਹੈ, ਪਿੰਡੇ ਤੇ ਕੱਪੜਾ ਵੀ ਪਾਉਣ ਨੂੰ ਘੱਟ ਹੀ ਮਿਲਦਾ ਹੈ। ਨਹਿ ਖਾਵੈ ਵੈ ਪੀਸਿਓ ਨਾਜ, ਔਰ ਇਹ ਖਾਣ ਬਾਦਸ਼ਾਹ ਉਹ ਪੀਸਿਆ ਅਨਾਜ ਨਹੀਂ ਖਾਂਦੇ, ਪੀਸਿਆ ਅਨਾਜ ਤਾਂ ਉਹੀ ਖਾਏਗਾ ਨਾ ਜਿਹਦੇ ਘਰ ਬਹਿ ਕੇ ਚੱਕੀ ਪੀਣ ਦਾ ਟਾਈਮ ਮਿਲੇਗਾ, ਜਿਹਨੂੰ ਵਿਚਾਰੇ ਨੂੰ ਘਰ ਬਹਿ ਕੇ ਆਟਾ ਪੀਣ ਦਾ ਟਾਈਮ ਹੀ ਨਹੀਂ, ਉਹਨੇ ਕਦੋਂ ਰੋਟੀ ਪੱਕੀ ਖਾਣੀ ਹੈ। ਮੈਂ ਖਾਵਾਂ ਮੈਂ ਪੀਸਿਓ ਨਾਜ, ਪੀਸਿਆ ਨਾਜ, ਕਣਕ ਛੋਲੇ ਪੀ ਕੇ ਖਾਣ ਦਾ ਉਹਨਾਂ ਨੂੰ ਰੋਟੀ ਦਾ ਨਹੀਂ ਟਾਈਮ ਮਿਲਦਾ। ਲੜੈ ਬਹੁਤ ਵੇ ਕਰਕੇ ਭਾਜ, ਇਹ ਬਾਦਸ਼ਾਹ ਉਹ ਲੜਾਕੇ ਬੜੇ ਨੇ, ਇਕੱਲਾ ਇਕੱਲਾ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਹੋ ਜਾਂਦਾ, ਔਰ ਉਹ ਕਹਿੰਦੇ ਭੱਜ ਕੇ ਲੜਦੇ ਨੇ, ਭੱਜ ਕੇ ਗਨੀਮ ਕੋ ਬਿਦਾਰੇ ਜ਼ੋਰ ਜੰਗ ਮੈਂ, ਜੰਗ ਦੇ ਮੈਦਾਨ ਦੇ ਵਿੱਚ ਭੱਜ ਭੱਜ ਇੱਦਾਂ ਛਾਲਾਂ ਮਾਰਦੇ ਜਿਵੇਂ ਚੀਤਾ ਸ਼ਿਕਾਰ 'ਤੇ ਪੈਂਦਾ ਹੈ, ਬੜੇ ਫੁਰਤੀਲੇ ਨੇ, ਸੌ ਸੌ ਮੀਲ ਪੈਦਲ ਰਾਤੋਂ ਰਾਤ ਨਿਕਲ ਜਾਂਦੇ ਆ, ਸੌ ਸੌ ਮੀਲ ਦਾ ਸਫ਼ਰ ਰਾਤੋਂ ਰਾਤ ਕੱਢ ਜਾਂਦੇ ਨੇ, ਭੱਜ ਦੇ ਵਿੱਚ ਭੱਜਣ ਦੇ ਵਿੱਚ ਉਹ ਤੇਜ਼ ਨੇ। ਇੱਕ ਹੋਏ ਤਾਂ ਸੌ ਸੌ ਲੜੈ, ਇੱਕ ਬੰਦਾ ਸੌ ਸੌ ਨਾਲ ਲੜਨ ਨੂੰ, ਹਜ਼ਾਰ ਹਜ਼ਾਰ ਨਾਲ ਲੜਨ ਨੂੰ ਤਿਆਰ ਹੋ ਜਾਂਦਾ, ਇਹ ਨਹੀਂ ਗਿਣਦੇ ਵੀ ਅਸੀਂ ਇਕੱਲੇ ਹਾਂ,
ਕੱਲਾ ਕੱਲਾ ਉਹਨਾਂ ਦਾ ਗੁਰੂ ਕਹਿੰਦਾ ਸੀ ਸਵਾ ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਉਹ ਇਹੋ ਜਿਹੀ ਇਹਨਾਂ ਦੇ ਅੰਦਰ ਸਪਿਰਟ ਭਰ ਗਿਆ ਕਿ ਕੱਲੇ ਕੱਲੇ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਰਹਿੰਦੇ ਨੇ। ਮਰਨੇ ਤੇ ਵੈ ਮੂਲ ਨਾ ਡਰੈ ਔਰ ਮੌਤ ਤੋਂ ਬਿਲਕੁਲ ਨਹੀਂ ਡਰਦੇ। ਦੋਹਰਾ ਰਹਿ ਚਾਉ ਉਨ ਮਰਨ ਕੋ ਦੀਨ ਮਜ਼ਹਬ ਕੈ ਭਾਈ। ਐ ਬਾਦਸ਼ਾਹ, ਪੰਜਾਬ ਦਾ ਸਾਧ ਸੰਗਤ ਜੀ ਸੂਬੇਦਾਰ ਦੱਸ ਰਿਹਾ ਜ਼ਕਰੀਆ ਖਾਨ ਸਿੱਖਾਂ ਦੇ ਬਾਰੇ। ਕਹਿੰਦਾ ਐ ਬਾਦਸ਼ਾਹ ਨਾਦਰ, ਉਹਨਾਂ ਨੂੰ ਹਰ ਵੇਲੇ ਲੜਾਈ ਦਾ ਚਾਹ ਚੜਿਆ ਰਹਿੰਦਾ। ਉਹ ਦੀਨ ਮਜ਼ਹਬ ਦੇ ਯੁੱਧ ਵਾਸਤੇ, ਧਰਮ ਦੇ ਯੁੱਧ ਵਾਸਤੇ ਹਰ ਵੇਲੇ ਜਾਨ ਤਲੀ ਤੇ ਧਾਰ ਕੇ ਤਿਆਰ ਬਰ ਤਿਆਰ ਰਹਿੰਦੇ ਨੇ। ਹਮ ਮਾਰਤ ਉਨ ਥੱਕ ਗਏ ਓਏ ਘਟਤ ਨਾ ਕਿਤਹੂੰ ਦਾਈ। ਅਸੀਂ ਉਹਨਾਂ ਨੂੰ ਮਾਰਦੇ ਮਾਰਦੇ ਥੱਕ ਗਏ ਹਾਂ। ਉਹਨਾਂ ਦੇ ਅਸੀਂ ਹਜ਼ਾਰਾਂ ਬੰਦੇ ਮਾਰੇ ਨੇ, ਉਹਨਾਂ ਦੇ ਬੱਚੇ ਤੱਕ ਵੀ ਨਹੀਂ ਛੱਡੇ, ਉਹਨਾਂ ਦੇ ਘਰ ਵੀ ਉਜਾੜ ਦਿੱਤੇ ਨੇ, ਪਰ ਫਿਰ ਵੀ ਉਹ ਘਟਦੇ ਕੋਈ ਨਹੀਂ। ਉਹ ਦਿਨੋ ਦਿਨ ਵੱਧਦੇ ਜਾ ਰਹੇ ਨੇ। ਹਮ ਮਾਰਦੇ ਨੇ ਥੱਕ ਰਹੇ, ਅਸੀਂ ਮਾਰਦੇ ਥੱਕ ਗਏ ਹਾਂ, ਉਹ ਮਰਨ ਵਿੱਚ ਨਹੀਂ ਆਉਂਦੇ। ਫਿਰ ਨਾਦਰ ਖਾਨ ਨੂੰ ਪੁੱਛਿਓ ਵਹਿ ਉਮਤ ਕਹਿ ਪੀਰ। ਫਿਰ ਨਾਦਰ ਸ਼ਾਹ ਨੇ ਪੁੱਛਿਆ ਖਾਨ ਬਹਾਦਰ ਜ਼ਕਰੀਆ ਖਾਨ, ਇਹ ਦੱਸ ਇਹ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਤੂੰ ਕਹਿੰਦਾ ਕਿ ਮਾਰਿਆ ਮਰਦੇ ਕੋਈ ਨਹੀਂ, ਘਟਿਆ ਘਟਦੇ ਕੋਈ ਨਹੀਂ, ਇਹ ਕਿਹੜੇ ਪੀਰ ਨੂੰ ਮੰਨਦੇ ਨੇ? ਇਹਨਾਂ ਦਾ ਪੀਰ ਕੌਣ ਹੈ? ਕਿਉਂਕਿ ਕਿਸੇ ਨਾ ਕਿਸੇ ਪੀਰ ਨੂੰ, ਕਿਸੇ ਨਾ ਕਿਸੇ ਧਰਮ ਨੂੰ ਮੰਨਣ ਕਰਕੇ ਹੀ ਬੰਦੇ 'ਚ ਜਜ਼ਬਾ ਆਉਂਦਾ। ਜੇ ਇਹਨਾਂ ਦਾ ਕੋਈ ਪੀਰ ਗੁਰੂ ਹੈ ਤੇ ਉਹਦਾ ਨਾਂ ਦੱਸ। ਕਹਿ ਵਹਿ ਆਪੇ ਤੇ ਵਧੇ ਤਾਉ ਵਹਿ ਹੋਹੇ ਤਗੀਰ। ਕੀ ਉਹ ਆਪਣੇ ਆਪ ਹੀ ਪੈਦਾ ਹੋ ਗਏ ਨੇ, ਆਪੇ ਵੱਧ ਗਏ ਨੇ, ਜਾਂ ਕਿਸੇ ਪੀਰ ਦੀ ਉਹਨਾਂ ਨੂੰ ਦੁਆ ਲੱਗੀ ਹੈ, ਕਿਸੇ ਪੀਰ ਦੀ ਉਹਨਾਂ ਨੂੰ ਬਖਸ਼ਿਸ਼ ਹੋਈ ਹੈ? ਜੇ ਕਿਸੇ ਪੀਰ ਦਾ ਨਾਂ ਤੈਨੂੰ ਪਤਾ ਹੈ ਤਾਂ ਦੱਸ। ਤਬ ਖਾਨੂ ਨੇ ਸਭ ਕਹਿਓ ਗੁਰ ਨਾਨਕ ਕੋ ਪ੍ਰਕਾਸ਼। ਖਾਨ ਬਹਾਦਰ ਕਹਿਣ ਲੱਗਾ, ਹਾਂ ਸਾਡੇ ਪੰਜਾਬ ਦੇ ਵਿੱਚ ਇੱਕ ਪੀਰ ਹੋਇਆ ਹੈ, ਅੱਜ ਤੋਂ 250 ਸਾਲ ਪਹਿਲਾਂ ਉਸ ਪੀਰ ਨੇ ਇਹ ਫਿਰਕਾ ਸ਼ੁਰੂ ਕੀਤਾ। ਉਸ ਪੀਰ ਦਾ ਨਾਂ ਨਾਨਕ ਪੀਰ ਹੈ। ਉਸ ਪੀਰ ਨਾਨਕ ਨੂੰ ਮੁਸਲਮਾਨ ਵੀ ਮੰਨਦੇ ਨੇ, ਹਿੰਦੂ ਵੀ ਮੰਨਦੇ ਨੇ। ਕਰਾ ਮਾਤ ਭੀ ਬਹੁ ਕਹੀ ਜਨਮ ਸੋ ਸਾਖੀ ਭਾਖ। ਖਾਨ ਬਹਾਦਰ ਜ਼ਕਰੀਆ ਖਾਨ ਕਹਿਣ ਲੱਗਾ, ਉਹਦੀ ਜਨਮ ਸਾਖੀ ਪੜ੍ਹੀਏ, ਉਹਦੀ ਬੜੀਆਂ ਕਰਾਮਾਤਾਂ, ਬੜੀਆਂ ਸ਼ਕਤੀਆਂ ਸਨ। ਉਹ ਨਾਨਕ ਪੀਰ ਸੀ, ਉਹ ਮੱਕੇ ਤੱਕ ਗਿਆ, ਉਹ ਜਿੱਧਰ ਵੀ ਗਿਆ ਉਹਨੂੰ ਸਾਰੀ ਦੁਨੀਆ ਪੂਜਦੀ ਸੀ, ਮੱਕਾ ਮਦੀਨਾ ਸਭੇ ਨਿਵਾਇਆ, ਉਹਦੇ ਅੱਗੇ ਸਾਰੀ ਦੁਨੀਆ ਝੁਕ ਗਈ। ਉਹ ਪੀਰਾਂ ਦਾ ਪੀਰ ਹੋਇਆ ਹੈ। ਚਾਉ ਪਈ ਜਿਮ ਉਹਨ ਨਾਨਕ ਸੰਗਤ ਮਾਰੀ। ਜੋ ਅਸੀਂ ਗੁਰੂ ਨਾਨਕ ਦੀ ਸੰਗਤ ਨੂੰ ਬੜਾ ਮਾਰਿਆ ਹੈ, ਅਸੀਂ ਨਾਨਕ ਦੇ ਸਿੱਖਾਂ ਨੂੰ ਬੜੇ ਤਸੀਹੇ ਦਿੱਤੇ ਨੇ, ਅਸੀਂ ਨਾਨਕ ਪ੍ਰਸਤਾਂ ਨੂੰ ਕਤਲ ਕਰਨ ਦੇ ਹੁਕਮ ਦਿੱਤੇ ਨੇ। ਜਿਮ ਜਿਮ ਇਮ ਸੋ ਕਰੀ ਖੁਵਾਰੀ। ਅਸੀਂ ਇਹਨਾਂ ਨੂੰ ਬੜਾ ਖੁਆਰ ਕਰਦੇ ਰਹੇ ਹਾਂ, ਇਹਨਾਂ ਨੂੰ ਦਬਾਉਣ ਵਾਸਤੇ ਅਸੀਂ ਕੋਈ ਕਸਰ ਨਹੀਂ ਛੱਡੀ। ਜਿਮ ਜਿਮ ਲੀਨੀ ਕਰਾ ਸੋ ਮਾਤ। ਔਰ ਇਹਨਾਂ ਦੀਆਂ ਕਰਾਮਾਤਾਂ, ਇਹਨਾਂ ਦੀਆਂ ਸ਼ਕਤੀਆਂ ਵੀ ਦੇਖੀਆਂ ਨੇ। ਜਿਮ ਸਤ ਗੁਰ ਸੋ ਕੀਨੇ ਘਾਤ। ਇਹਨਾਂ ਦੇ ਗੁਰੂਆਂ ਨੂੰ ਵੀ ਅਸੀਂ ਤਸੀਹੇ ਦਿੱਤੇ ਨੇ। ਇਹਨਾਂ ਦੇ ਇੱਕ ਗੁਰੂ ਨੂੰ ਅਸੀਂ ਤੱਤੀ ਤਵੀ ਤੇ ਬਿਠਾ ਕੇ ਤੱਤਾ ਰੇਤਾ ਪਾ ਕੇ ਉਸ ਨੂੰ ਸ਼ਹੀਦ ਕੀਤਾ ਸੀ। ਉਸ ਤੋਂ ਬਾਅਦ ਇੱਕ ਇਹਨਾਂ ਦਾ ਗੁਰੂ ਦਿੱਲੀ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਕਤਲ ਕੀਤਾ ਸੀ। ਫਿਰ ਇਸ ਦਾ ਇਹਨਾਂ ਦਾ ਇੱਕ ਗੁਰੂ ਸੀ ਜਿਹਦੇ ਨਾਲ ਸਾਡੀਆਂ 14 ਵਾਰ ਜੰਗਾਂ ਹੋਈਆਂ ਔਰ ਉਹਦੇ ਬੱਚੇ ਵੀ ਅਸੀਂ ਸ਼ਹੀਦ ਕੀਤੇ। ਉਹ ਸਾਰੀ ਗੱਲ ਜ਼ਕਰੀਆ ਖਾਨ ਦੱਸ ਰਿਹਾ ਹੈ। ਪੁੱਛ ਪੁੱਛ ਨਾਦਰ ਸਭ ਸੁਣ ਲਇਓ। ਨਾਦਰ ਖਾਨ, ਨਾਦਰ ਬਾਦਸ਼ਾਹ ਉਹਨੂੰ ਪੁੱਛ ਰਿਹਾ ਹੈ ਬੜੇ ਰੁਚੀ ਨਾਲ, ਕਹਿੰਦਾ ਅੱਗੇ ਦੱਸ ਫਿਰ, ਫਿਰ ਕੀ ਹੋਇਆ, ਫਿਰ ਕੀ ਹੋਇਆ? ਅਤੇ ਜ਼ਕਰੀਆ ਖਾਨ ਪਿਛਲੀ ਜਿੰਨੀ ਕੁ ਹਿਸਟਰੀ ਉਹਨੂੰ ਪੰਜਾਬ ਦੀ ਯਾਦ ਹੈ,
ਉਹ ਸਿੱਖਾਂ ਦੀ ਹਿਸਟਰੀ ਬੰਦੇ ਬਹਾਦਰ ਤੱਕ ਦੀ ਸਾਰੀ ਸੁਣਾ ਰਿਹਾ ਹੈ। ਸਭੋ ਭੇਤ ਤਬ ਖਾਨੂ ਦਇਓ, ਖਾਨ ਬਹਾਦਰ ਦੱਸੀ ਗਿਆ ਤੇ ਨਾਦਰ ਸੁਣਦਾ ਰਿਹਾ। ਤੇਗ ਬਹਾਦਰ ਜਿਮ ਸਿਰ ਦਇਓ, ਇਹ ਵੀ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਂਕ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਵਿੱਚ ਸੀਸ ਦਿੱਤਾ ਸੀ। ਜਿਮ ਕਰ ਕਾਰ ਸਜਾਦੇ ਹਯੋ, ਔਰ ਫਿਰ ਇਹ ਵੀ ਦੱਸਿਆ ਕਿ ਗੁਰੂ ਦੇ ਚਾਰ ਸਾਹਿਬਜ਼ਾਦੇ ਦੋ ਚਮਕੌਰ ਦੇ ਜੰਗ ਵਿੱਚ ਤੇ ਦੋ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਸਨ। ਤਬ ਨਾਦਰ ਸੁਣ ਸੀਸ ਹਿਲਾਇਓ, ਸਾਰੀ ਕਥਾ ਸੁਣ ਕੇ ਨਾਦਰ ਸ਼ਾਹ ਨੇ ਸਿਰ ਮਾਰਿਆ, ਸਿਰ ਹਿਲਾਇਆ, ਸਿਰ ਧੁਣ ਕੇ ਨਾਦਰ ਬੋਲਿਆ, ਆਪਣੋ ਕੀਨੋ ਅਬ ਤੁਮ ਪਾਇਓ। ਉਹ ਕਹਿਣ ਲੱਗਾ, ਜ਼ਕਰੀਆ ਖਾਨ, ਜੋ ਤੂੰ ਦੱਸ ਰਿਹਾ ਜੇ ਗੱਲ ਇਵੇਂ ਹੀ ਹੈ ਤੇ ਸਮਝ ਤੇਰੇ ਦਿਨ ਪੁੱਠੇ ਆ ਗਏ ਹੈ, ਤੇਰੇ ਦਿਨ ਮਾੜੇ ਆ ਗਏ ਹੈ। ਤੁਹਾਡਾ ਹੁਣ ਪਲਟਾ ਪੁੱਠਾ ਪੈਣ ਵਾਲਾ ਜੇ ਤਖਤਾ, ਤੁਸੀਂ ਜੋ ਕੀਤਾ ਨਾ ਉਹ ਗਲਤ ਕੀਤਾ, ਤੁਹਾਡੇ ਲੋਕਾਂ ਨੇ ਪਾਪ ਕੀਤੇ ਨੇ, ਇਸ ਕਰਕੇ ਇਹ ਲੋਕ ਬਾਗੀ ਹੋਏ ਨੇ। ਜਿਹੜੇ ਬਾਗੀ ਲੋਕ ਤੁਹਾਡੇ ਖਿਲਾਫ ਤਲਵਾਰਾਂ ਚੁੱਕੀ ਫਿਰਦੇ ਹੈ, ਔਰ ਜੋ ਤੂੰ ਇਹਨਾਂ ਦੇ ਬਾਰੇ ਦੱਸ ਰਿਹਾ ਹੈ, ਜੇ ਬੰਦੇ ਵਾਕਈ ਇੱਦਾਂ ਦੇ ਨੇ ਤਾਂ ਜਿੱਥੇ ਤੇਰਾ ਝੰਡਾ ਝੂਲਦਾ ਹੈ ਇੱਥੇ ਸਿੱਖਾਂ ਦਾ ਨਿਸ਼ਾਨ ਸਾਹਿਬ ਝੂਲ ਜਾਣਾ ਹੈ। ਸੋ ਅਬ ਜੀਤੇ ਜਾਵੇ ਨਾਹੀਂ, ਹੁਣ ਜਿੱਤੇ ਨਹੀਂ ਜਾਣੇ, ਕਿਉਂਕਿ ਇਹ ਗੱਲ ਇਹਨਾਂ ਦੇ ਖੂਨ 'ਚ ਵੜ ਗਈ ਹੈ। ਇਹ ਪੀੜ੍ਹੀ ਦਰ ਪੀੜ੍ਹੀ ਲੜਦੇ ਰਹਿਣਗੇ, ਪਰ ਇਹ ਤੁਹਾਡੀ ਈਨ ਨਹੀਂ ਮੰਨਣਗੇ। ਜਿਨ ਕੈ ਸਾਹਿਬ ਆਪ ਪਨਾਹੀ, ਇਹਨਾਂ ਨੂੰ ਖੁਦਾ ਨੇ ਆਪ ਬਣਾਇਆ, ਜਿਨ੍ਹਾਂ ਦੇ ਉੱਤੇ ਨਾਨਕ ਪੀਰ ਦੀ ਕਿਰਪਾ ਹੋਈ ਹੈ, ਇਹ ਬੰਦੇ ਛੋਟੀ ਤਾਕਤ ਦੇ ਛੋਟੀ ਖੁਦਾਈ ਦੇ ਮਾਲਕ ਨਹੀਂ ਹਨ। ਦੋਹਰਾ 1796 ਨਾਦਰ ਗਯੋ ਕੰਧਾਰ, ਖਾਲਸਾ ਜੀ 1796 ਬਿਕਰਮੀ, ਕਿਉਂਕਿ ਭਾਈ ਸਾਹਿਬ ਬਿਕਰਮੀ ਸੰਮਤ ਲਿਖਦੇ ਤਾਂ ਈਸਵੀ ਤਾਂ ਹੁਣ ਅੰਗਰੇਜ਼ਾਂ ਦੇ ਰਾਜ ਵੇਲੇ ਥੋੜ੍ਹਾ ਥੋੜ੍ਹਾ ਚੱਲਿਆ ਤੇ ਆਪਾਂ ਨੂੰ ਯਾਦ ਹੋ ਗਿਆ, ਪਹਿਲਾਂ ਬਿਕਰਮੀ ਚੱਲਦਾ ਸੀਗਾ। ਗੁਰਬਾਣੀ ਵਿੱਚ ਵੀ ਬਿਕਰਮੀ ਸੰਮਤ ਹੈ, ਆਵਨ 78 ਹੈ, ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਦਸਵੇਂ ਪਾਤਸ਼ਾਹ ਨੇ ਵੀ ਬਿਕਰਮੀ ਸੰਮਤ ਲਿਖਿਆ, ਸੰਮਤ 17 ਸਹਿਸ ਪਣੀਜੈ ਅਰਧ ਸਹਿਸ ਪਨ ਤੀਨ ਕਹੀਜੈ ਭਾਦਰ ਸਤੀ ਅਸ਼ਟਮੀ ਰਵਿਵਾਰਾ ਤੀਰ ਸੁਤਦਰਵ ਗ੍ਰੰਥ ਸੁਧਾਰਾ। ਸੰਮਤ 17 ਸਹਿਸ ਬਚਾਵਨ ਹਾੜ ਵਧੀ ਪ੍ਰਥਮ ਸੁਖਦਾਵਨ। ਸੋ ਇਹ ਪੁਰਾਣਾ ਸੰਮਤ 1796 ਬਿਕਰਮੀ, ਦੂਸਰਾ ਬਣਦਾ 1739 ਈਸਵੀ। ਨਾਦਰ ਲਾਹੌਰ ਤੋਂ ਵਾਪਸ ਇਰਾਨ ਨੂੰ ਚਲਾ ਗਿਆ। ਖਾਨ ਬਹਾਦਰ ਖਿਜ ਤਬੈ ਧਰੀ ਸਿੰਘਨ ਫਿਰ ਮਾਰ, ਜਾਂਦਾ ਹੋਇਆ ਨਾਦਰ ਕਹਿ ਗਿਆ ਕਿ ਖਾਨ ਬਹਾਦਰ ਤੁਸੀਂ ਹੁਣ ਮਰ ਜਾਣਾ, ਬਰਬਾਦ ਹੋ ਜਾਣਾ, ਇਹਨਾਂ ਸਿੱਖਾਂ ਨੇ ਰਾਜ ਕਰ ਲੈਣਾ, ਇਹ ਨਹੀਂ ਤੁਹਾਡੇ ਕਾਬੂ ਆਉਣੇ। ਇਸ ਗੱਲ ਤੋਂ ਨਾਦਰ ਦੀ ਗੱਲ ਨੂੰ ਜ਼ਕਰੀਆ ਖਾਨ ਖਿੱਜ ਗਿਆ। ਨਾਦਰ ਤਾਂ ਚਲਾ ਗਿਆ, ਪਰ ਜ਼ਕਰੀਆ ਸਿੱਖਾਂ ਦਾ ਪੱਕਾ ਵੈਰੀ ਬਣ ਕੇ ਫਿਰ ਉਸ ਤੋਂ ਵੀ ਵੱਧ ਕੇ ਜ਼ੁਲਮ ਕਰਨ ਲੱਗਾ। ਚਾਉ ਪਈ ਮਾਰਤ ਮਾਰਤ ਸੋ ਮਰ ਗਇਓ, ਮਾਰਦਾ ਮਾਰਦਾ ਸਿੱਖਾਂ ਨੂੰ ਨਾਦਰ ਜ਼ਕਰੀਆ ਖਾਨ ਮਰ ਗਿਆ, ਪਰ ਜ਼ਕਰੀਆ ਦਾ ਸਿੱਖਾਂ ਨਾਲ ਵੈਰ ਨਹੀਂ ਕੱਢਿਆ। ਉਸ ਤੋਂ 6 ਸਾਲ ਬਾਅਦ ਹੋਰ ਜਿਉਂਦਾ ਰਿਹਾ। 1745 'ਚ ਇਹਦੀ ਮੌਤ ਹੋਈ ਹੈ, 39 ਦੇ ਵਿੱਚ ਨਾਦਰ ਗਿਆ ਸੀ। 6 ਸਾਲ ਇਹਨੇ ਹੋਰ ਜ਼ੁਲਮ ਕੀਤੇ,
ਮਰਤੇ ਦਮ ਤੱਕ ਸਿੱਖਾਂ ਨਾਲ ਇਹਨੇ ਵੈਰ ਨਹੀਂ ਛੱਡਿਆ। ਤਿੰਨ ਕੋ ਕਰਨੋ ਜੋ ਕੁਛ ਰਹਿਓ, ਜੋ ਕੁਝ ਕਰਨਾ ਸੀ ਕਰ ਲਿਆ ਉਹਨੇ, ਜੋ ਸੁਣਿਓ ਸੋ ਦੇਊ ਆਖ। ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੈਂ ਆਪਣੇ ਪਿਤਾ ਜੀ ਤੋਂ, ਆਪਣੇ ਨਾਨਾ ਜੀ ਤੋਂ, ਆਪਣੀ ਮਾਂ ਤੋਂ ਸੁਣਿਆ ਉਹ ਦੱਸਦਾ ਹਾਂ। ਪੁਰਖ ਪੁਰਾਤਨ ਜਿਮ ਗਏ ਭਾਖ, ਸਾਡੇ ਵੱਡੇ ਬਜ਼ੁਰਗ ਦੱਸ ਗਏ ਨੇ। ਦੋਹਰਾ ਜਬ ਨਾਦਰ ਕਾਬਲ ਗਯੋ, ਸੁਣੋ ਜੋ ਖਾਨੂ ਕੀਨ। ਜਦੋਂ ਨਾਦਰ ਵਾਪਸ ਚਲਾ ਗਿਆ ਕਾਬਲ ਕੰਧਾਰ ਈਰਾਨ ਵੱਲ, ਪਿੱਛੋਂ ਖਾਨੂ ਨੇ ਜਕਰੀਏ ਨੇ ਜੋ ਜ਼ੁਲਮ ਕੀਤੇ ਸੁਣੋ। ਚਾਹੇ ਉਹ ਆਪਣੇ ਦੇਸ਼ ਮੈਂ ਸਿੰਘਣ ਰਹਿਣ ਨਾ ਦੀਨ, ਉਹ ਇਹ ਚਾਹੁੰਦਾ ਸੀ ਵੀ ਮੈਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਰਹਿਣ ਨਾ ਦਿਆਂ, ਸਿੰਘਾਂ ਨੂੰ ਖਤਮ ਕਰ ਦਿਆਂ। ਜਾਓ ਪਈ ਨਵਾਬ ਨਾਦਰ ਤੇ ਨਮੋਛੀ ਆਈ, ਨਾਦਰ ਦੀ ਗੱਲਾਂ ਸੁਣ ਕੇ, ਨਾਦਰ ਦੀ ਚੇਤਾਵਨੀ ਸੁਣ ਕੇ, ਨਾਦਰ ਦੀ ਵਾਰਨਿੰਗ ਸੁਣ ਕੇ ਜਕਰੀਏ ਨੂੰ ਬੜੀ ਨਮੋਸ਼ੀ ਹੋਈ ਸੀ। ਤਿਉਂ ਤਿਉਂ ਲਾਗੋ ਕਰਨ ਬੁਰਾਈ, ਗਾਲਾ ਪੈ ਗਿਆ ਵੀ ਮੈਂ ਛੇਤੀ ਸਿੱਖਾਂ ਨੂੰ ਖਤਮ ਕਰ ਦਿਆਂ, ਕਿਤੇ ਸਿੱਖ ਨਾ ਮੈਨੂੰ ਖਤਮ ਕਰ ਦੇਣ। ਇਸ ਗੱਲ ਦੇ ਵਿੱਚ ਆ ਕੇ ਉਹ ਫਟਾਫਟ ਜ਼ੁਲਮ ਦੀਆਂ ਹਨੇਰੀਆਂ ਲੈ ਆਇਆ। ਟੋਲ ਟੋਲ ਸਿੰਘਣ ਕੋ ਮਾਰੇ, ਉਹ ਲੱਭ ਲੱਭ ਕੇ ਸਿੱਖਾਂ ਨੂੰ ਮਾਰਦਾ ਸੀ। ਜੈਸੇ ਮਾਰੇ ਟੋਲ ਸ਼ਿਕਾਰੇ, ਜਿਵੇਂ ਸ਼ਿਕਾਰੀ ਸ਼ਿਕਾਰ ਨੂੰ ਲੱਭ ਲੱਭ ਕੇ ਮਾਰਦੇ ਨੇ। ਜੋ ਸਿੰਘਣ ਕੋ ਆਣ ਬਤਾਵੇ, ਸਿੰਘਾਂ ਦਾ ਸ਼ਿਕਾਰ ਪੰਜਾਬ ਦੀ ਧਰਤੀ ਤੇ ਹੋਣ ਲੱਗਾ। ਜ਼ਕਰੀਆ ਨੇ ਐਲਾਨ ਕੀਤਾ ਜੇ ਕੋਈ ਸਿੱਖਾਂ ਦੀ ਖਬਰ ਦੇਵੇਗਾ ਤੁਰਤ ਇਨਾਮ ਸੋ ਤਾਹੇ ਦਿਵਾਵੇ, ਉਹਨੂੰ ਇਨਾਮ ਦਿੱਤਾ ਜਾਏਗਾ। ਸਰਕਾਰੀ ਤੌਰ ਤੇ ਉਹਨੂੰ ਨੌਕਰੀਆਂ ਮਿਲਣਗੀਆਂ, ਉਹਨੂੰ ਅਹੁਦੇ ਮਿਲਣਗੇ ਜਿਹੜੇ ਵੱਧ ਤੋਂ ਵੱਧ ਸਿੱਖਾਂ ਨੂੰ ਮਰਵਾਣਗੇ। ਜੋ ਸਿੰਘਣ ਕੋ ਦਸੇ ਗਰਾਮ, ਜੇ ਕੋਈ ਸਿੱਖਾਂ ਦੇ ਪਿੰਡ ਦੀ ਦੱਸ ਪਾਵੇਗਾ ਵੀ ਫਲਾਣੇ ਪਿੰਡ 'ਚ ਸਿੱਖ ਰਹਿੰਦੇ ਨੇ, ਤਾਂ ਕੋ ਦੇਵੇ ਬਹੁਤ ਇਨਾਮ, ਬਹੁਤ ਇਨਾਮ ਦਿੰਦਾ ਸੀ ਜ਼ਕਰੀਆ ਖਾਨ। ਲਾਲਚ ਇਤ ਸਿੰਘਣ ਪਕੜਾਵੇ, ਸਿੰਘਾਂ ਨੂੰ ਫੜਾਉਣ ਵਾਸਤੇ ਲਾਲਚੀ ਲੋਕ ਭੱਜੇ ਫਿਰਦੇ ਨੇ। ਲੋਕ ਲੋਕ ਸਿੰਘ ਸੋ ਜਾਨ ਬਚਾਵੇ, ਪਰ ਸਿੰਘ ਵਿਚਾਰੇ ਲੋਕ ਲੋਕ ਆਪਣੀਆਂ ਜਾਨਾਂ ਬਚਾਉਂਦੇ ਨੇ। ਇਹੋ ਜਿਹਾ ਭੈੜਾ ਸਮਾਂ ਆ ਗਿਆ ਵੀ ਪਿੰਡਾਂ 'ਚ ਘਰਾਂ 'ਚ ਰਹਿਣਾ ਮੁਸ਼ਕਲ ਹੋ ਗਿਆ ਹੈ। ਔਰ ਮੁਲਕ ਪਹਿ ਲੇਖ ਪਠਾਏ, ਸਾਰੇ ਪੰਜਾਬ ਦੇ ਪਰਗਣਿਆਂ ਦੇ ਵਿੱਚ ਸਾਰੇ ਮੁਲਕਾਂ 'ਚ ਜ਼ਕਰੀਏ ਨੇ ਲਿਖ ਕੇ ਭੇਜ ਦਿੱਤਾ ਹੈ। ਪੰਜ ਰੁਪਏ ਸਿੰਘ ਦਸੇ ਸੋ ਪਾਏ, ਜਿਹੜਾ ਸਿੰਘ ਦੀ ਦੱਸ ਪਾਵੇਗਾ ਵੀ ਫਲਾਣੀ ਥਾਂ ਦੇ ਸਿੰਘ ਬੈਠੇ ਨੇ ਜੰਗਲ ਵਿੱਚ, ਉਸ ਦੱਸਣ ਵਾਲੇ ਨੂੰ ਵੀ ਪੰਜ ਰੁਪਈਏ ਮਿਲਣਗੇ। ਇੱਕ ਸਿੰਘ ਦੀ ਦੱਸ ਵੀ ਪਾਵੇਗਾ ਤਾਂ ਪੰਜ ਰੁਪਈਏ, ਉਦੋਂ ਪੰਜ ਰੁਪਈਏ ਬੜੇ ਸੀਗੇ। ਪੰਜ ਰੁਪਈਏ ਇਨਾਮ ਸਿਰਫ ਇੰਨਾ ਦੱਸਣ ਦਾ ਮਿਲ ਜਾਂਦਾ ਸੀ ਵੀ ਫਲਾਣੀ ਥਾਂ ਦੇ ਸਿੱਖ ਰਹਿੰਦੇ ਨੇ। ਜਾ ਤੈ ਸਿੰਘਣ ਬਹੁਤ ਮਰਾਵੇ, ਲੋਕ ਵੀ ਲਾਲਚੀ ਸਨ, ਪੈਸੇ ਦੇ ਲਾਲਚ ਨੂੰ, ਪੰਜ ਰੁਪਈਏ ਦੇ ਲਾਲਚ ਨੂੰ ਸਿੱਖਾਂ ਨੂੰ ਮਰਵਾ ਦਿੰਦੇ ਸੀ। ਮਾਰ ਸਿੰਘਣ ਸਿਰ ਆਪ ਪੁਚਾਵੇ, ਤੇ ਕਈ ਸਿੰਘਾਂ ਦੇ ਸਿਰ ਵੱਢ ਕੇ ਲੈ ਜਾਂਦੇ ਸੀ ਵੀ ਹੋਰ ਇਨਾਮ ਮਿਲੇਗਾ। ਜੇ ਕੋਈ ਸਿੰਘ ਇਕੱਲਾ ਰਾਹ ਜਾਂਦਾ ਕਾਬੂ ਆ ਜਾਣਾ, ਦਸ ਵੀਆਂ ਨੇ ਘੇਰ ਲੈਣਾ, ਮਾਰ ਦੇਣਾ, ਉਹਦਾ ਸਿਰ ਵੱਢ ਕੇ ਲਾਹੌਰ ਲੈ ਜਾਣਾ। ਅਤੇ ਜ਼ਕਰੀਆ ਉਹਦੇ ਪੈਸੇ ਤਾਰਿਆ ਕਰਦਾ ਸੀ, ਮੁੱਲ ਦਿੰਦਾ ਸੀ ਵੀ ਆਹ ਲਓ ਤੁਸੀਂ ਸਿੱਖਾਂ ਦਾ ਸਿਰ ਵੱਢ ਕੇ ਲਿਆਂਦਾ। ਕਈ ਲੋਕ ਇੰਨੇ ਲਾਲਚੀ ਸੀ ਸਿੱਖ ਦੇ ਲੱਭਦੇ ਨਹੀਂ ਸੀਗੇ, ਸਿੱਖ ਜੇ ਲੱਭ ਵੀ ਜਾਵੇ ਕਿਹੜਾ ਐਵੇਂ ਸਿਰ ਦੇ ਦੇਣਗੇ, ਉਹਨਾਂ ਨੇ ਅੱਗੋਂ ਮੂੰਹ ਭੰਨਣਾ। ਉਹ ਸਿੱਖਾਂ ਦੇ ਤਾਂ ਵੱਸ ਨਹੀਂ ਸੀ ਚੱਲਦਾ, ਆਪਣੀਆਂ ਛੋਟੀਆਂ ਛੋਟੀਆਂ ਕੁੜੀਆਂ ਦੇ ਸਿਰ ਵੱਢ ਲੈਂਦੇ ਸੀ, ਬੱਚੀਆਂ ਦੇ 15 ਕੁ ਸਾਲ ਦੀ ਕੁੜੀ ਦਾ ਸਿਰ ਵੱਢ ਲੈਣਾ। ਕੇਸ ਪਿੱਛੇ ਕੁੜੀਆਂ ਦੇ ਹੁੰਦੇ ਆ, ਉਹ ਖੋਲ੍ਹ ਕੇ ਅਤੇ ਉਹਦਾ ਮੂੰਹ 'ਚ ਛਿੱਲ ਕੇ ਲੈ ਜਾਣਾ ਵੀ ਇਹ ਪਤਾ ਨਾ ਲੱਗੇ ਕੁੜੀ ਹੈ, ਅਤੇ ਜਾ ਕੇ ਕਹਿਣਾ ਇਹ ਸਿੱਖ ਦਾ ਲੜਕਾ ਸੀ ਅਤੇ ਅਸੀਂ ਮਾਰ ਕੇ ਸਿਰ ਵੱਢ ਕੇ ਲਿਆਏ ਹਾਂ, ਉਹਦੇ ਪੈਸੇ ਮਿਲ ਜਾਣੇ।
ਆਪਣੀਆਂ ਧੀਆਂ ਮਾਰ ਕੇ ਸਿੱਖਾਂ ਦੇ ਬੱਚੇ ਦੱਸ ਕੇ ਤੇ ਲਾਲਚੀ ਲੋਕ ਪੈਸੇ ਲੈਂਦੇ ਸੀ। ਇੱਕ ਇੱਕ ਦੋਏ ਦੋਏ ਹੋਏ ਲੋਕ ਜਾਵੇ, ਔਰ ਕੱਲੇ ਕੱਲੇ ਸਿੰਘ ਵਿਚਾਰੇ ਜੰਗਲਾਂ ਚ ਕਮਾਦਾਂ ਦੇ ਵਿਚ ਖੂਹਾਂ ਦੇ ਖੱਡਾਂ ਚ ਲੋਕੇ ਟਾਈਮ ਕੱਢਦੇ ਸੀ। ਇਮ ਕਰ ਸਿੰਘਾਂ ਨੂੰ ਪਤਾ ਲਗਾਵੇ, ਇੱਦਾਂ ਸਿੰਘਾਂ ਦਾ ਪਤਾ ਲਾਉਣ ਲਈ ਸੂਏ ਪਿੰਡ ਪਿੰਡ ਖਬਰਾਂ ਦਿੰਦੇ ਫਿਰਦੇ ਸੀ। ਰਾਤ ਤੁਰੇ ਦਿਨ ਰਹੇ ਲੁਕਾਈ, ਰਾਤ ਨੂੰ ਸਿੰਘ ਤੁਰਦੇ ਸੀ, ਦਿਨੇ ਸਾਰਾ ਦਿਨ ਕਮਾਦਾਂ ਵਿਚ ਚਰੀਆਂ ਵਿੱਚ ਜਿੱਥੇ ਕੋਈ ਥਾਂ ਮਿਲ ਜੇ ਉੱਥੇ ਸਾਰਾ ਦਿਨ ਭੁੱਖੇ ਭਾਣੇ ਬੈਠਣਾ। ਕਈ ਥਾਂ ਤੇ ਪਾਣੀ ਵੀ ਨਹੀਂ ਸੀ ਮਿਲਦਾ ਤੇ ਸਿੰਘਾਂ ਨੂੰ ਸਾਰਾ ਦਿਨ ਉੱਥੇ ਬਹਿਣਾ ਪੈਂਦਾ ਸੀ। ਕਈਆਂ ਨੇ ਲੀਨੇ ਕੁੰਬਲ ਬਣਾਏ, ਕਈ ਸਿੰਘਾਂ ਨੇ ਕੁੰਬਲ ਬਣਾ ਲਏ। ਪੰਜ ਪੰਜ ਦਸ ਦਸ ਵੀਹ ਵੀਹ ਸਿੰਘ ਇਕੱਠੇ ਹੋ ਗਏ ਵੀ ਹੁਣ ਆਪਾਂ ਜੇ ਲੜ ਕੇ ਮਰਨਾ ਹੀ ਹੈ ਤੇ ਇਕੱਠੇ ਹੋ ਕੇ ਤੇ ਮਰਾਂਗੇ, ਲੜ ਕੇ ਮਾਰ ਕੇ ਮਰਾਂਗੇ। ਏਦਾਂ ਫਿਰ ਸਿੰਘਾਂ ਨੇ ਥੋੜੀ ਆਪਣੀ ਤਿਆਰੀ ਕੀਤੀ। ਕਈ ਰਹੇ ਘਰ ਤੀਜੇ ਥਾਏ, ਕਈ ਵਿਚਾਰੇ ਤੀਜੇ ਥਾਂ ਤੇ ਰਾਤ ਰਹਿਣਾ ਜੇ ਆਉਣਾ ਪਿੰਡ ਹਿੰਦੂਆਂ ਦੇ ਘਰ ਰਾਤ ਕੱਟਣੀ ਜਾ ਕੇ ਵੀ ਪਤਾ ਨਾ ਲੱਗੇ ਵੀ ਆਪਣੇ ਘਰ ਫੌਜ ਨੇ ਆ ਜਾਣਾ ਤੇ ਉੱਥੇ ਤਲਾਸ਼ੀ ਹੋਣੀ ਹੈ, ਜਾਂ ਫਿਰ ਦੂਜੇ ਪਿੰਡ ਚਲੇ ਜਾਣਾ ਉੱਥੇ ਕਿਸੇ ਰਿਸ਼ਤੇਦਾਰ ਦੇ ਥਾਂ ਘਰ ਤੇ ਰਾਤ ਕੱਟਣੀ, ਪ੍ਰਸ਼ਾਦਾ ਛਕਣਾ, ਜਾਂ ਖੇਤਾਂ ਵਿੱਚ ਖੂਹਾਂ ਵਿੱਚ ਖੱਡਾਂ ਵਿੱਚ ਸਿੰਘ ਰਹਿੰਦੇ ਸੀ। ਕਈ ਰਹੇ ਪਰਦੇਸਾਂ ਜਾਏ, ਕਈ ਸਿੰਘ ਇੰਨੇ ਮੁਸੀਬਤ ਚ ਮਾਰੇ ਹੋਏ ਬੀਕਾਨੇਰ ਤੇ ਜੰਗਲਾਂ ਨੂੰ ਚਲੇ ਗਏ, ਕਈ ਮਾਲਵੇ ਚ ਜਾ ਕੇ, ਕਈ ਪਹਾੜਾਂ ਵਿੱਚ ਰਹਿੰਦੇ ਸੀ। ਕਈ ਸਿੰਘ ਰਹਿ ਝਾੜਨ ਮਾਹੀ, ਕਈ ਝਾੜਾਂ ਵਿੱਚ ਜਿੱਥੇ ਬਹੁਤ ਬੀਆਬਾਨ ਜੰਗਲ ਕਾਨੂੰ ਵਾਣ ਦੇ ਛੰਭਾਂ ਵਿੱਚ ਰਹਿੰਦੇ ਸੀ। ਕਈ ਸਿੰਘ ਜਾ ਜੰਗਲ ਲੁਕਾਹੀ, ਜੰਗਲਾਂ 'ਚ ਜਾ ਕੇ ਲੁਕਦੇ ਸੀਗੇ, ਟਾਈਮ ਕੱਟਣਾ ਬੜਾ ਔਖਾ ਸੀ ਉਸ ਵੇਲੇ। ਖੇਤੀ ਕਰੇ ਕਈ ਸਿਰ ਨੀਵੇਂ, ਖੇਤੀ ਕਰੇ ਕਈ ਸਿਰ ਨੀਵੇਂ, ਕਈ ਵਿਚਾਰੇ ਸਿੰਘ ਨੀਵਾਂ ਸਿਰ ਕਰਕੇ ਬਾਲ ਬੱਚਾ ਵੀ ਪਾਲਣਾ ਸੀ, ਉਹ ਪਿੰਡ ਦੇ ਚੌਧਰੀ ਨੂੰ ਥੋੜ੍ਹੀ ਬਾਲੀ ਮਾਇਆ ਦੇ ਕੇ ਆ ਖੇਤੀ ਕਰ ਲੈਂਦੇ ਸੀ। ਉਹਦੇ ਵਿੱਚੋਂ ਅੱਧੀ ਪਚੱਧੀ ਸਰਕਾਰ ਟੈਕਸ ਚੁੱਕ ਲੈ ਜਾਂਦੀ ਸੀ, ਉਹਨਾਂ ਸਿੱਖਾਂ ਨੂੰ ਸੱਤ ਕਰਕੇ ਮੰਨਣਾ ਪੈਂਦਾ ਸੀ ਵੀ ਕੀ ਕਰੀਏ, ਡਾਢੇ ਅੱਗੇ ਜ਼ੋਰ ਕੋਈ ਨਹੀਂ। ਉਹ ਕਿਸਾਨ ਵਿਚਾਰੇ ਜਿਹੜੇ ਸਿੱਖ ਸੀਗੇ ਥੋੜ੍ਹੇ ਬਾਲੇ, ਬੜਾ ਔਖਾ ਗੁਜ਼ਾਰਾ ਕਰਦੇ ਸੀ। ਕਿਤਨਕ ਵਿੱਚ ਵੜ ਖੱਡਣ ਜੀਵੈ, ਕਈ ਖੱਡਾਂ ਦੇ ਵਿੱਚ ਵੜ ਕੇ ਜੀਂਦੇ ਸੀਗੇ। ਦੋਹਰਾ ਸਿੰਘ ਕੜਾਕੇ ਸਿਉਂ ਰਹਿ, ਦੂਏ ਚੌਥੇ ਦਿਨ ਖਾਹੇ। ਸਾਧ ਸਿੰਘ ਜੀ, ਆਮ ਲੋਕਾਂ ਦੀ ਬੋਲੀ ਤੇ ਸਿੰਘਾਂ ਦੀ ਬੋਲੀ 'ਚ ਫਰਕ ਹੈ। ਆਮ ਕਹਿੰਦੇ ਇਕੱਲਾ, ਸਿੰਘ ਕਹਿੰਦੇ ਸਵਾ ਲੱਖ, ਆਮ ਕਹਿੰਦੇ ਮਿਰਚਾਂ, ਸਿੰਘ ਕਹਿੰਦੇ ਲੜਾਕੀਆਂ, ਆਮ ਕਹਿੰਦੇ ਲੂਣ, ਸਿੰਘ ਕਹਿੰਦੇ ਸਰਬਰਸ। ਸਿੰਘਾਂ ਦੀ ਬੋਲੀ ਵੱਖਰੀ ਹੈ। ਇਸੇ ਤਰ੍ਹਾਂ ਹੀ ਖਾਲਸੇ ਦੀ ਬੋਲੀ 'ਚ ਹੈ, ਆਮ ਲੋਕ ਕਹਿੰਦੇ ਭੁੱਖ ਲੱਗੀ ਹੈ, ਸਿੰਘ ਕਹਿੰਦੇ ਕੜਾਕਾ ਲੱਗਾ। ਬੁਬੀ ਰਸ ਵਾਲੇ ਬੋਲੇ ਚੜ੍ਹਦੀ ਕਲਾ ਵਾਲੇ ਗੜਗੱਜ ਬੋਲੇ ਹਨ, ਢਹਿੰਦੀ ਕਲਾ ਦਾ ਵਚਨ ਕੋਈ ਨਹੀਂ ਕਰਨਾ। ਉਹ ਦੂਜਾ ਬੰਦਾ ਤਾਂ ਕਹੇਗਾ ਜੀ ਭੁੱਖ ਲੱਗੀ ਹੈ, ਹਾਏ ਭੁੱਖੇ ਆ ਮਰ ਗਏ। ਉਹ ਕਹਿੰਦਾ ਖਾਲਸਾ ਕੜਾਕਿਆਂ ਵਿੱਚ ਹੈ, ਅਗਲਾ ਡਰਦਾ ਪਤਾ ਨਹੀਂ ਕਿੱਡੇ ਕੜਾਕੇ ਕੱਢਦੇ ਹੋਣਗੇ। ਤੋ ਇਸ ਤਰ੍ਹਾਂ ਇਹ ਖਾਲਸੇ ਦੀ ਬੋਲੀ ਹੈ। ਇੱਥੇ ਹੁਣ ਵਚਨ ਆਇਆ, ਭਾਈ ਰਤਨ ਸਿੰਘ ਜੀ ਲਿਖਦੇ ਆ, ਸਿੰਘ ਕੜਾਕੇ ਸੋ ਰਹੇ, ਸਿੰਘ ਕੜਾਕੇ 'ਚ ਕਹਿੰਦੇ ਦੂਏ ਚੌਵੇ ਦਿਨ ਖਾਏ, ਦੂਜੇ ਤੀਜੇ ਚੌਥੇ ਦਿਨ ਕਿਤੇ ਮਿਲਦਾ ਸੀ ਤੇ ਖਾਂਦੇ ਸੀ, ਨਹੀਂ ਤਾਂ ਕੜਾਕਿਆਂ ਵਿੱਚ ਹੀ ਸਮਾਂ ਕੱਟਣਾ ਪੈਂਦਾ ਸੀ। ਬਿਨਾਂ ਲੂਣ ਭਾਜੀ ਲੱਭੈ ਤਾਂ ਉਹ ਖਾਵੇ ਬਹੁਤ ਸਲਾਹੇ, ਬਿਨਾਂ ਲੂਣ ਦੇ ਭਾਜੀ ਮਿਲ ਜਾਣੀ ਤੇ ਉਹ ਵੀ ਖਾ ਕੇ ਆਖਣਾ ਬੜਾ ਸਵਾਦ ਆਇਆ, ਬੜਾ ਆਨੰਦ ਆਇਆ। ਕਹਿੰਦੇ ਸਾਗ ਮਿਲਣਾ ਕਿਤੇ ਪੱਤੇ ਮਿਲਣੇ ਤੇ ਉਹ ਵੀ ਬਿਨਾਂ ਲੂਣ ਦੇ ਉਬਾਲ ਕੇ ਖਾਣੇ। ਚਾਉ ਪਈ ਜਿਸੈ ਸਿੰਘ ਪੈ ਨੂਣ ਜੋ ਹੋਈ, ਦਸਾਂ ਵੀਹਾਂ ਪੰਜਾਹ ਸਿੰਘਾਂ ਪਿੱਛੋਂ ਕਿਸੇ ਇੱਕ ਦੇ ਕੋਲ ਜੇ ਡੱਬੀ ਲੂਣ ਦੀ ਕਿਤੋਂ ਆ ਜਾਣੀ, ਸਾਰਿਆਂ ਕੋਲ ਤਾਂ ਹੋਣਾ ਕੋਈ ਨਾ। ਜਿਹੜੇ ਸਿੰਘ ਦੇ ਕੋਲ ਲੂਣ ਹੁੰਦਾ ਸੀ ਨਾ, ਉਹਦਾ ਜ਼ਿਆਦਾ ਖਿਆਲ ਰੱਖਦੇ ਸੀਗੇ, ਉਹਨੂੰ ਕੀ ਕਹਿੰਦੇ ਸੀ। ਹਾਂਜੀ, ਤਿਸ ਕੋ ਆਖੈ ਸਵਾਦੀ ਸੋਈ, ਉਹਨੂੰ ਕਹਿੰਦੇ ਸਵਾਦੀਆ ਸਿੰਘ, ਇਹ ਬੜਾ ਸਵਾਦੂ ਹੈ। ਕਹਿੰਦੇ
ਇਹਦੇ ਕੋਲੋਂ ਲੈ ਲਓ ਥੋੜ੍ਹਾ ਜਿਹਾ ਲੂਣ, ਬਈ ਸਿੰਘਾ ਦਹੀਂ ਥੋੜ੍ਹਾ ਜਿਹਾ ਸਰਬਰਸ, ਲੂਣ ਨਹੀਂ ਕਹਿੰਦੇ ਸਰਬਰਸ ਕਹਿੰਦੇ ਸੀ, ਆਹ ਦਹੀਂ ਥੋੜ੍ਹਾ ਜਿਹਾ ਸਰਬਰਸ, ਉਹਨੇ ਚੁਟਕਾ ਲੂਣ ਦਾ ਦੇਣਾ, ਪ੍ਰਸ਼ਾਦਾ ਮਿਲਣਾ ਅਤੇ ਉੱਤੇ ਧਾ ਕੇ ਖਾ ਲੈਣਾ, ਨਹੀਂ ਤਾਂ ਪੱਤਿਆਂ ਪੁੱਤਿਆਂ ਨੂੰ ਮਲ ਕੇ ਖਾ ਲੈਣਾ। ਏਦਾਂ ਦਾ ਖਾਲਸਾ ਜੀ ਉਦੋਂ ਗੁਜ਼ਾਰਾ ਸੀ ਪੰਥ ਦਾ। ਲੱਭੈ ਸਾਗ ਖਾਹੇ ਕੱਚਾ ਪੱਕਾ, ਜੇ ਖਾ ਸਾਗ ਮਿਲਦਾ ਸੀ ਕੱਚਾ ਪੱਕਾ ਜੰਗਲ ਚੋਂ, ਤੇ ਲੂਣ ਪਾ ਕੇ ਜਾਂ ਕਈ ਵਾਰੀ ਲੂਣ ਨਾ ਮਿਲਣਾ ਤੇ ਏਦਾਂ ਹੀ ਖਾਣਾ ਪੈਂਦਾ ਸੀ। ਬ੍ਰਿਸ਼ਨ ਕੇ ਫਲ ਫੂਲ ਔ ਸੱਕਾ, ਦਰਖਤਾਂ ਦੇ ਪੱਤੇ ਖਾਣੇ ਪੈਂਦੇ ਸੀ, ਸੱਕ ਲਾ ਲਾ ਕੇ ਉਹ ਖਾ ਲੈਂਦੇ ਸੀ, ਤੇ ਜੋ ਮਿਲਦਾ ਸੀ ਕੰਧ ਮੂਲ ਦਰਖਤ ਗੰਨੇ ਗੁੰਨੇ ਚੂਪ ਕੇ ਗੁਜ਼ਾਰਾ ਕਰਦੇ ਸੀ। ਦੋਏ ਚੌਥੇ ਦਿਨ ਮਿਲੇ ਸੋ ਖਾਹੇ, ਉਹ ਵੀ ਦੂਜੇ ਚੌਥੇ ਦਿਨ ਕਿਤੇ ਮਿਲਣਾ ਤੇ ਖਾਣਾ, ਦਾਉ ਪੀ ਟਿਕਨੇ ਮਿਲੇ ਸੋ ਨਾਹੀ, ਫਿਰ ਵੀ ਟਿਕ ਕੇ ਬਹਿਣਾ ਨਹੀਂ ਸੀ ਮਿਲਦਾ, ਸਾਰਾ ਦਿਨ ਘੋੜੇ ਦੀ ਕਾਠੀ ਦੇ ਕੱਟਣਾ ਪੈਂਦਾ ਸੀ। ਸਿੰਘ ਸੋ ਹੋ ਗਏ ਅਤ ਤਬ ਥੋੜੇ, ਉਦੋਂ ਸਿੰਘ ਬਹੁਤ ਥੋੜੇ ਰਹਿ ਗਏ, ਬਹੁਤ ਸ਼ਹੀਦ ਹੋ ਗਏ, ਬਹੁਤ ਬਾਹਰ ਨੂੰ ਚਲੇ ਗਏ, ਜੰਗਲਾਂ ਨੂੰ, ਪਹਾੜਾਂ ਨੂੰ, ਬੀਕਾਨੇਰ ਨੂੰ, ਖਿੰਡ ਪੁਣ ਗਿਆ ਖਾਲਸਾ। ਕਹੇ ਦੂਰ ਜਾਵੇ ਲੈ ਘੋੜੇ, ਤੇ ਸਿੰਘਾਂ ਦੇ ਘੋੜੇ ਸਨ ਜਿਹੜੇ, ਉਹਨਾਂ ਨੂੰ ਲੈ ਕੇ ਸਿੰਘ ਦੂਰ ਚਲੇ ਗਏ। ਦੋਹਰਾ ਜਿਸ ਦਿਨ ਮਾਰਹਿ ਦੁਸ਼ਟ ਕੋ, ਤਿਸ ਦਿਨ ਤਉ ਰੱਜ ਖਾਹੇ, ਜਿਸ ਦਿਨ ਕੋਈ ਦੁਸ਼ਟ ਟੱਕਰ ਜਾਂਦਾ ਸੀ ਉਹਨੂੰ ਮਾਰ ਕੇ ਖੋਹ ਕੇ ਖਾ ਲੈਂਦੇ ਸੀ ਰੱਜ ਕੇ। ਰੋਟੀ ਰੱਜ ਕੇ ਕਦੀ ਕਦੀ ਮਿਲਦੀ ਸੀ ਜਦੋਂ ਕੋਈ ਸਰਕਾਰੀ ਖਜ਼ਾਨਾ ਜਾਂਦਾ ਲੁੱਟ ਲੈਣ, ਖਜ਼ਾਨਾ ਵੀ ਫਿਰ ਕੀ ਕਰਨਾ ਸੀ, ਜਦੋਂ ਰਾਸ਼ਨ ਪਾਣੀ ਜਿੱਥੇ ਹੁੰਦਾ ਸੀ ਨਾ ਉਹ ਹੀ ਲੁੱਟਦੇ ਸੀਗੇ, ਕਿੱਥੋਂ ਆਟਾ ਜਾਂਦਾ ਹੋਵੇ ਉਹ ਲੁੱਟ ਲੈਣਾ, ਕਿਤੇ ਦਾਲ, ਤੇ ਫਿਰ ਪ੍ਰਸ਼ਾਦਾ ਕਿਤੇ ਜੰਗਲ 'ਚ ਬਣਾ ਕੇ ਖਾ ਲੈਂਦੇ ਸੀ। ਹਾਂਜੀ, ਨਹੀਂ ਮਿਲੇ ਤਾਂ ਮਸਤਰ ਹੈ ਇਸ ਬਿਦ ਗੁਜ਼ਰ ਕਰਾਹੇ, ਜੇ ਨਹੀਂ ਮਿਲਦਾ ਸੀ ਤੇ ਕਹਿੰਦੇ ਸੀ ਲੰਗਰ ਮਸਤਾਨਾ ਹੈ ਖਾਲਸੇ ਦਾ, ਤੇ ਇਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਮਸਤਾਨੇ ਪਹਿਰੇ ਵਿੱਚ। ਜਾਉ ਪਈ ਗੈਲੇ ਫਿਰੈ ਦੇਖਣ ਹਲਕਾਰੇ, ਸਿੰਘਾਂ ਦੇ ਪਿੱਛੇ ਪਿੱਛੇ ਸੂਈਏ ਸੂ ਲੈਂਦੇ ਫਿਰਦੇ ਸੀ, ਗੈਲੇ ਫਿਰੈ ਦੇਖਣ ਹਲਕਾਰੇ, ਹਲਕਾਰੇ ਸਰਕਾਰ ਦੇ CID ਵਾਲੇ ਬੰਦੇ, ਉਹ ਪਿੱਛੇ ਪਿੱਛੇ ਪਿੰਡਾਂ ਦੇ ਵਿੱਚ ਹਰਲ ਹਰਲ ਕਰਦੇ ਫਿਰਦੇ ਸੀ ਕੁੱਤਿਆਂ ਦੀ ਤਰ੍ਹਾਂ। ਦੇਖ ਲਿਆ ਮੈਂ ਫੌਜ ਕੋ ਚਾੜੇ, ਜਿੱਥੇ ਕਿਤੇ ਸਿੰਘਾਂ ਦੀ ਸੂ ਮਿਲਦੀ ਸੀ ਉਸੇ ਵੇਲੇ ਭੱਜ ਕੇ ਸਰਕਾਰ ਨੂੰ ਦੱਸ ਦਿੰਦੇ ਸੀ ਉਹ ਫਲਾਣੇ ਪਿੰਡ ਸਿੰਘ ਬੈਠੇ ਆ, ਫਲਾਣੇ ਜੰਗਲ 'ਚ ਸਿੰਘ ਬੈਠੇ ਆ, ਫਲਾਣੇ ਖੇਤ 'ਚ ਸਿੰਘ ਬੈਠੇ ਆ, ਉਸੇ ਵੇਲੇ ਫੌਜ ਆ ਜਾਂਦੀ ਸੀ ਚੜ ਕੇ। ਜਿਸੈ ਗਰਾਮ ਮੈਂ ਸਿੰਘ ਸੋ ਪਾਵੇ ਹੈ, ਜਿਹੜੇ ਪਿੰਡ ਵਿੱਚ ਕੋਈ ਸਿੰਘ ਲੱਭਦਾ ਸੀ, ਭਾਈ ਬੰਦ ਤਿਸ ਸਭੈ ਫੜਾਵੇ ਹੈ, ਉਹ ਸਿੰਘ ਨੂੰ ਤੇ ਫੜਦੇ ਸੀ, ਜੇ ਸਿੰਘ ਨਾ ਫੜਿਆ ਜਾਵੇ ਉਹਦੇ ਭਰਾਵਾਂ ਨੂੰ, ਉਹਦੇ ਚਾਚਿਆਂ ਤਾਇਆਂ ਨੂੰ ਵੀ ਫੜ ਕੇ ਲੈ ਜਾਂਦੇ ਸੀ। ਲਿਖ ਨਵਾਬ ਤਬ ਐਸ ਫਿਰਾਵਾ, ਨਵਾਬ ਜਕਰੀਏ ਖਾਨ ਨੇ ਪੰਜਾਬ ਦੇ ਵਿੱਚ ਐਲਾਨ ਕਰ ਦਿੱਤਾ ਸੀ, ਲੂਟ ਮਾਫ ਘਰ ਸਿੰਘ ਸੋ ਪਾਵਾ, ਜੇ ਕਿਸੇ ਸਿੱਖ ਦਾ ਘਰ ਲੁੱਟੋਗੇ ਉਹ ਤੁਹਾਨੂੰ ਤੁਹਾਡਾ ਮਾਫ ਹੈ। ਹੋਰ ਤਾਂ ਸਰਕਾਰ ਕਿਸੇ ਨੂੰ ਲੁੱਟ ਮਾਫ ਨਹੀਂ ਨਾ ਕਰ ਸਕਦੀ, ਪਰ ਉਸ ਵੇਲੇ ਸਰਕਾਰ ਡਾਕੂ ਬਣ ਗਈ, ਡਾਕੂਆਂ ਨੂੰ ਪੈਦਾ ਕਰ ਦਿੱਤਾ ਵੀ ਡਾਕੂ ਲੋਕ ਜੇ ਲੁੱਟਣਾ ਚਾਹੁਣ ਸਿੱਖਾਂ ਦਾ ਘਰ ਲੁੱਟ ਸਕਦੇ ਆ, ਜਿਹੜਾ ਸਿੱਖਾਂ ਦਾ ਘਰ ਲੁੱਟੇਗਾ ਉਹਦੀ ਲੁੱਟ ਮਾਫ ਹੋਵੇਗੀ। ਸਿਰ ਪਰ ਹੋਵੇ ਜਿਸ ਕੇ ਕੇਸ, ਇਹ ਜਕਰੀਏ ਨੇ ਐਲਾਨ ਕੀਤਾ ਸਿਰ ਪਰ ਹੋਵੇ ਜਿਸ ਕੇ ਕੇਸ, ਜਿਹਦੇ ਸਿਰ ਤੇ ਕੇਸ ਹੋਣਗੇ, ਰਹਿਣ ਨਾ ਦੇਨੋ ਆਪਣੇ ਦੇਸ਼, ਆਪਣੇ ਦੇਸ਼ 'ਚ ਮੈਂ ਨਹੀਂ ਰਹਿਣ ਦਿਆਂਗਾ, ਜੋ ਸਿੰਘਣ ਆਏ ਮੋਹੇ ਬਤਾਵੇ, ਜੇ ਕੋਈ ਆ ਕੇ ਮੈਨੂੰ ਸਿੰਘਾਂ ਬਾਰੇ ਦੱਸੇਗਾ, ਆਏ ਇਨਾਮ ਸੋ ਮੈਂ ਤੇ ਪਾਵੇ, ਮੇਰੇ ਕੋਲੋਂ ਮੂੰਹ ਮੰਗਿਆ ਇਨਾਮ ਪਾਵੇਗਾ, ਜੋ ਸਿੰਘ ਕੋ ਉਤਾਰੇ ਕੇਸ, ਜੇ ਕੋਈ ਸਿੰਘ ਦੇ ਕੇਸ ਵੀ ਮੁੰਨ ਕੇ ਲੈ ਆਵੇਗਾ। ਅੱਜ ਤਾਂ ਖਾਲਸਾ ਜੀ ਅਸੀਂ ਆਪਣੇ ਆਪ ਹੀ ਮਨਾਈ ਜਾਂਦੇ ਹਾਂ, ਉਦੋਂ ਸਾਡੀ ਸਰਕਾਰ ਸਿਰ ਮਨਾਉਣਾ ਚਾਹੁੰਦੀ ਸੀ, ਪਰ ਸਿੰਘ ਆਪਣੇ ਕੇਸਾਂ ਨੂੰ ਬਚਾਉਣ ਲਈ ਘਰ ਘਾਟ ਛੱਡੀ ਬੈਠੇ ਸਨ, ਜੰਗਲਾਂ 'ਚ ਰਹਿੰਦੇ ਸੀ।
ਕਹਿੰਦੇ ਜੇ ਕੋਈ ਸਿਰ ਦੇ ਕੇਸ ਮੁੰਨ ਕੇ ਲਿਆਵੇਗਾ ਸਿੱਖ ਦੇ ਦਿਓ ਦੁਸ਼ਾਲੇ ਆਓ ਵੱਡ ਖੇਸ, ਉਹਨੂੰ ਮੈਂ ਦੁਸ਼ਾਲੇ ਦਿਆਂਗਾ ਵੱਡੇ ਵੱਡੇ ਖੇਸ ਦੇ ਇਨਾਮ ਦਿਆਂਗਾ। ਦੋਹਰਾ ਦੱਸਣ ਵਾਲੇ 10 ਰੁਪਏ ਆਓ ਮਾਰਨ ਵਾਲ 50, ਜਿਹੜਾ ਸਿੱਖ ਦੀ ਖਬਰ ਦੇਵੇਗਾ ਉਹਨੂੰ 10 ਰੁਪਈਏ ਮਿਲਣਗੇ, ਜਿਹੜਾ ਸਿੱਖ ਨੂੰ ਮਾਰ ਕੇ ਸਿਰ ਵੱਢ ਕੇ ਲਾਏਗਾ ਉਹਨੂੰ 50 ਰੁਪਈਏ ਮਿਲਣਗੇ। ਜਹਿ ਲਾਲਚ ਤੁਰਕਣ ਦਇਓ ਤਬ ਬਹੁਤ ਸਿੰਘਣ ਭਇਓ ਨਾਸ਼, ਇਹ ਜਕਰੀਏ ਨੇ ਲਾਲਚ ਦਿੱਤਾ 50 ਰੁਪਈਏ ਮਿਲਣਗੇ, 50 ਦੇ ਨਾਂ ਤੇ ਵੱਡਿਆਂ ਵੱਡਿਆਂ ਦੇ ਮੂੰਹ ਚ ਪਾਣੀ ਆ ਗਿਆ, 50 ਰੁਪਈਆ ਬੜਾ ਹੁੰਦਾ ਸੀ ਉਦੋਂ। ਉਹ ਲਾਲਚੀ ਲੋਕ ਸਿੰਘਾਂ ਦਾ ਸ਼ਿਕਾਰ ਕਰਨ ਲੱਗ ਪਏ, ਬਹੁਤ ਸਾਰੇ ਸਿੰਘ ਮਾਰ ਕੇ ਲਾਹੌਰ ਪਹੁੰਚਾਏ ਗਏ ਸਿਰ ਵੱਢ ਕੇ। ਜੋ ਖੇਤੀ ਕਰਤ ਥੇ ਸਿੰਘ ਸੋ ਪਿੰਡਨ ਮਾਹੇ, ਜਿਹੜੇ ਸਹਿਜਧਾਰੀ ਸਿੱਖ ਸਨ ਜਾਂ ਪਿੰਡਾਂ ਵਿੱਚ ਰਹਿ ਕੇ ਖੇਤੀ ਕਰਦੇ ਸੀ ਸਿੰਘ, ਤਾਹੂ ਕੋ ਭੀ ਮਾਰਿਓ ਕੇਸ ਦਿਸੇ ਸਿਰ ਜਾਹੇ, ਇਹਨਾਂ ਨੇ ਕੇਸ ਰੱਖੇ ਨੇ, ਕਿਉਂ ਰੱਖੇ ਵੀ ਤੁਸੀਂ ਕੇਸ? ਉਹ ਕਹਿੰਦੇ ਜੀ ਸਾਡੇ ਗੁਰੂ ਦਾ ਹੁਕਮ ਹੈ, ਆਓ ਫਿਰ ਤੁਸੀਂ ਲੈ ਜਾਣਾ ਉਹਨਾਂ ਨੂੰ ਬੰਨ ਕੇ ਮਾਰ ਦੇਣਾ ਵੱਢ ਦੇਣਾ ਸਿਰ ਉਹਨਾਂ ਦਾ। ਖੇਤੀ ਕਰਨ ਵਾਲੇ ਵੀ ਆਮ ਜਿਹੜੇ ਸਿੱਖ ਸੀਗੇ ਸਹਿਜਧਾਰੀ ਸਿੱਖ ਉਹ ਵੀ ਨਹੀਂ ਛੱਡੇ, ਜਾਓ ਭਾਈ ਐਸੋ ਹੁਕਮ ਨਵਾਬ ਲਿਖਾਇਆ, ਇਸ ਤਰ੍ਹਾਂ ਜਕਰੀਏ ਨੇ ਨਵਾਬ ਨੇ ਸਖਤ ਹੁਕਮ ਲਿਖਵਾ ਦਿੱਤਾ, ਚਾਰੋਂ ਓਰ ਲਾਹੌਰ ਪਠਾਇਆ, ਲਾਹੌਰ ਦੇ ਚਾਰੇ ਪਾਸੇ ਪੂਰੇ ਪੰਜਾਬ ਦੇ ਵਿੱਚ ਹੁਕਮ ਜਾਰੀ ਕਰ ਦਿੱਤਾ, ਖੇਤੀ ਵਣਜ ਕਰੇ ਜੇ ਕੋਈ, ਜੇ ਕੋਈ ਖੇਤੀ ਕਰਦਾ ਕੋਈ ਵਪਾਰ ਕਰਦਾ ਹੈ, ਕੇਸਣ ਵਾਲਾ ਛੱਡੋ ਨਾ ਕੋਈ, ਉਹਨੂੰ ਕੋਈ ਵੀ ਜ਼ਿਆਦਾ ਆਪਣਾ ਸਿਰ ਮੂੰਹ ਮਨਾ ਲਵੇ, ਤੇ ਜੇ ਕੇਸ ਰੱਖਣੇ ਤੇ ਉਹਨੂੰ ਛੱਡੋ ਨਾ, ਮਾਰ ਦਿਓ ਸਿਰ ਵੱਢ ਦਿਓ ਉਹਦਾ। ਸਿੰਘਣ ਖੂਨ ਮਾਫ ਹਮ ਕੀਨੇ, ਸਿੱਖਾਂ ਦਾ ਖੂਨ ਮਾਫ ਹੈ, ਸਿੱਖ ਨੂੰ ਮਾਰਨ ਤੇ ਸਰਕਾਰ ਇਨਾਮ ਦੇਵੇਗੀ, ਕੋਈ ਸਜ਼ਾ ਨਹੀਂ ਦੇਵੇਗੀ। ਜੇ ਤਾਂ ਲੱਭੇ ਤੇ ਤਾਂ ਮਾਰੋ ਚੀਨੇ, ਸਿੱਖਾਂ ਨੂੰ ਮਾਰਨਾ ਇਹ ਸਰਕਾਰ ਦਾ ਹੁਕਮ ਹੈ, ਇਹ ਤੁਹਾਨੂੰ ਕੋਈ ਇਹਦੇ 'ਚ ਦਿੱਕਤ ਨਹੀਂ ਹੈ ਆਉਣੀ ਚਾਹੀਦੀ, ਕੋਈ ਡਰ ਨਹੀਂ ਹੋਣਾ ਚਾਹੀਦਾ, ਤੁਹਾਨੂੰ ਕੋਈ ਪੁੱਛਗਿੱਛ ਨਹੀਂ ਹੋਵੇਗੀ, ਬਲਕਿ ਇਨਾਮ ਮਿਲੇਗਾ। ਲੂਟ ਕੂਟ ਉਸ ਮਾਫ ਹਮ ਕਰੀ, ਜਿਹਦਾ ਸਿੱਖ ਧਰਮ ਨਾਲ ਕੋਈ ਸੰਬੰਧ ਹੈ ਉਹਦਾ ਘਰ ਬਾਰ ਲੁੱਟ ਲਓ ਉਹ ਮਾਫ ਹੋਵੇਗਾ। ਹਮਰੀ ਲਿਖਤ ਇਹ ਜਾਣੋ ਖਰੀ, ਸਾਡੀ ਲਿਖਤ ਪੱਕੀ, ਅਸੀਂ ਇਹ ਤੋਂ ਮੁੱਕਰਾਂਗੇ ਨਹੀਂ। ਦੋਹਰਾ ਜਬ ਨਵਾਬ ਲਾਲਚ ਕਹਿਓ ਹਿੰਦੂ ਜਟਨ ਬੁਲਾਏ, ਜਦੋਂ ਨਵਾਬ ਨੇ ਪੰਜਾਬ ਦੇ ਜੱਟਾਂ ਨੂੰ ਇਹ ਲਾਲਚ ਦਿੱਤਾ, ਜਿਹੜੇ ਕੱਚੇ ਪਿੱਲੇ ਸਨ, ਸਿੱਖੀ ਤੋਂ ਦੂਰ ਸਨ, ਹਿੰਦੂ ਸਨ, ਜਾਂ ਕਹਿ ਲਓ ਵੀ ਜਿਹੜੇ ਸਖੀ ਸਰਵਰੀਏ ਸੁਲਤਾਨੀਏ ਸਨ, ਉਹਨਾਂ ਸਾਰਿਆਂ ਨੂੰ ਦੇਵੈ ਸਿੰਘਣ ਪਕੜ ਕੇ ਲਾਹੌਰ ਸੋ ਕਈ ਪਹੁੰਚਾਏ, ਉਹ ਲਾਲਚ ਵਿੱਚ ਆ ਗਏ, 50-50 ਰੁਪਈਏ ਦਾ ਲਾਲਚ ਸਿੰਘਾਂ ਨੂੰ ਫੜ ਫੜ ਕੇ ਲਾਹੌਰ ਪਹੁੰਚਾਉਂਦੇ, ਉਹਨਾਂ ਦੇ ਸਿਰ ਵੱਢ ਕੇ ਲਿਜਾਂਦੇ ਨੇ। ਜਾਓ ਭਾਈ ਜੰਡਿਆਲੇ ਵਾਲੇ ਬਹੁਤ ਫੜਾਵੈ, ਸਭ ਤੋਂ ਜ਼ਿਆਦਾ ਵੱਡੇ ਵੈਰੀ ਜੰਡਿਆਲੀਏ ਸਨ, ਜੰਡਿਆਲਾ ਗੁਰੂ ਅੰਮ੍ਰਿਤਸਰ ਦੇ ਲਾਗੇ ਹੈ, ਇਹ ਸਾਧ ਸੰਗਤ ਜੀ ਜੰਡਿਆਲੇ ਵਾਲੇ ਹੈ ਤਾਂ ਸਿੱਖਾਂ ਵਿੱਚੋਂ ਹੀ ਸੀਗੇ। ਗੁਰੂ ਅਮਰਦਾਸ ਜੀ ਦੇ ਲੰਗਰ 'ਚ ਆਟਾ ਗੁੰਨਿਆ ਕਰਦਾ ਸੀ ਭਾਈ ਹੰਧਾਲ, ਜ਼ਿਮੀਂਦਾਰ ਜੱਟ ਸੀਗਾ, ਅਤੇ ਗੁਰੂ ਸਾਹਿਬ ਜੀ ਮਹਾਰਾਜ ਲੰਗਰ 'ਚ ਮੱਥਾ ਟੇਕਣ ਆਏ, ਲੰਗਰ ਦੇਖਣ ਆਏ ਸਤਿਗੁਰੂ ਅਮਰਦਾਸ ਜੀ, ਅਤੇ ਹੰਧਾਲ ਆਟਾ ਗੁੰਨ ਰਿਹਾ ਸੀਗਾ, ਉਹਨੇ ਆਟੇ ਗੁੰਨਦੇ ਨੇ ਸੋਚਿਆ ਵੀ ਮੈਂ ਗੁਰੂ ਸਾਹਿਬ ਨੂੰ ਕਿਵੇਂ ਮੱਥਾ ਟੇਕਾਂ, ਉਹਨੇ ਆਪਣੇ ਹੱਥ ਪਿੱਛੇ ਕਰਕੇ ਗੁਰੂ ਸਾਹਿਬ ਗੁਰੂ ਅਮਰਦਾਸ ਦੇ ਪੈਰਾਂ 'ਤੇ ਮੱਥਾ ਟੇਕਿਆ, ਅਤੇ ਉਸ ਦਿਨ ਤੋਂ ਉਹਦੀ ਸੰਪਰਦਾਇ ਦੀ ਮਰਿਆਦਾ ਹੀ ਚੱਲ ਗਈ ਵੀ ਹੱਥ ਪਿੱਛੇ ਕਰਕੇ ਮੱਥਾ ਟੇਕਦੇ, ਅਜੇ ਤੱਕ ਉਹਨਾਂ ਦੇ ਹੱਥ ਪਿੱਛੇ ਕਰਕੇ ਮੱਥਾ ਪਿੱਠ ਪਿੱਛੇ ਕਰ ਲੈਂਦੇ। ਪਰ ਉਹਦਾ ਜਿਹੜਾ ਪੋਤਰਾ ਸੀਗਾ ਉਹ ਤੋਂ ਗੁਰੂ ਘਰ ਦੇ ਨਾਲ ਉਹਨਾਂ ਦਾ ਵਿਰੋਧ ਹੋ ਗਿਆ, ਅਤੇ ਅੱਗੇ ਚੱਲ ਕੇ ਹਰ ਭਗਤ ਨਿਰੰਜਨੀਆ ਹੋਇਆ ਇਹਨਾਂ ਵਿੱਚੋਂ, ਜਿਹਨੇ ਸਾਧ ਸੰਗਤ ਜੀ ਬਹੁਤ ਸਿੰਘ ਸ਼ਹੀਦ ਕਰਵਾਏ ਹਨ। ਜੰਡਿਆਲੀਏ ਕਹਿੰਦੇ ਸਿੱਖਾਂ ਦੇ ਸਭ ਤੋਂ ਵੱਡੇ ਮੁਖਬਰ ਸਨ, ਉਤੇ ਗੁਰੂ ਇੱਕ ਸਿੱਖ ਕਹਾਵੇ, ਆਪਣੇ ਆਪ ਨੂੰ ਗੁਰੂ ਕਹਾਉਂਦੇ ਸੀ, ਗੁਰੂ ਕੇ ਸਿੱਖ ਵੀ ਕਹਾਉਂਦੇ ਸੀ, ਆਪਣੀ ਵੱਖਰੀ ਗੱਦੀ ਲਾਈ,
ਜੰਡਿਆਲਾ ਗੁਰੂ ਕਰਕੇ ਆਪਣਾ ਵੱਖਰਾ ਹੀ ਡੇਰਾ ਬਣਾਇਆ ਸੀ। ਹਰ ਭਗਤ ਨਿਰੰਜਨੀਓ ਸੋ ਕਹਾਵੈ, ਆਪਣੇ ਆਪ ਨੂੰ ਹਰ ਭਗਤ ਨਿਰੰਜਨੀਆ ਕਹਾਉਂਦਾ ਸੀ ਉਹ। ਸੋ ਆਗੇ ਹੋਏ ਸਿੰਘਨ ਫੜਾਵੈ, ਹਰ ਭਗਤ ਨਿਰੰਜਨੀਆ ਸਭ ਤੋਂ ਮੂਹਰੇ ਹੋ ਕੇ ਸਿੱਖਾਂ ਨੂੰ ਪਕੜਾਉਂਦਾ ਸੀ। ਹਮਰਾ ਪਿੰਡ ਦੋਏ ਬਾਰ ਲੁਟਾਇਆ, ਭਾਈ ਰਤਨ ਸਿੰਘ ਜੀ ਕਹਿੰਦੇ ਸਾਡਾ ਪਿੰਡ ਰਾਜਾ ਸਾਂਸੀ ਦੇ ਲਾਗੇ ਅੰਮ੍ਰਿਤਸਰ ਦੇ ਕੋਲ ਹੈ, ਮੀਰਾਂ ਕੋਟ ਭਾਈ ਮਹਤਾਬ ਸਿੰਘ ਦਾ ਪਿੰਡ। ਇਹ ਅੰਮ੍ਰਿਤਸਰ ਤੋਂ ਆਪਾਂ ਹਵਾਈ ਅੱਡੇ ਨੂੰ ਜਾਈਏ ਨਾ ਦਰਬਾਰ ਸਾਹਿਬ ਤੋਂ, ਅਤੇ ਰਸਤੇ ਵਿੱਚ ਆਉਂਦਾ ਸੱਜੇ ਪਾਸੇ ਮੀਰਾਂ ਕੋਟ। ਇਹ ਪਿੰਡ ਭਾਈ ਰਤਨ ਸਿੰਘ ਜੀ ਕਹਿੰਦੇ ਹਮਰਾ ਪਿੰਡ ਦੋ ਵਾਰ ਲੁਟਾਇਆ, ਦੋ ਵਾਰੀ ਉਸ ਭਗਤ ਨਿਰੰਜਨੀਆ ਨੇ ਲੁਟਵਾਇਆ ਹੈ। ਪਿਤਾ ਹਮਾਰਾ ਕਾਟ ਸੁਟਾਇਆ, ਸਾਡੇ ਪਿਤਾ ਨੂੰ ਮਰਵਾਉਣ ਵਾਸਤੇ ਰਾਏ ਸਿੰਘ ਨੂੰ 3 ਵਾਰੀ ਉਹ ਤਲਵਾਰਾਂ ਦੇ ਵਾਰ ਵੱਜੇ, ਕੱਟ ਕੇ ਸੁੱਟ ਹੀ ਗਏ ਸਨ, ਮਾਰ ਹੀ ਗਏ ਸਨ ਜੰਡਿਆਲੇ ਵਾਲੇ। ਉਹਦਾ ਪਰਮੇਸ਼ਰ ਨੇ ਉਹਨੂੰ ਬਚਾਉਣਾ ਸੀ, ਉਹਦੀ ਸਾਹ ਰਗ ਬਚ ਗਈ ਅਤੇ ਉਹ 7 ਸਾਲ ਦਾ ਬੱਚਾ ਸੀ ਉਦੋਂ, ਮਹਤਾਬ ਸਿੰਘ ਦਾ ਪੁੱਤਰ, ਅੱਗੇ ਕਥਾ ਆਉਣੀ ਹੈ ਉਹਦੀ। ਸੋ ਸਾਡੇ ਪਿਤਾ ਨੂੰ ਮਰਵਾਉਣ ਵਾਸਤੇ ਉਸ ਨੇ ਹਮਲਾ ਕਰਵਾਇਆ ਸੀ। ਮਜੀਠਾ ਕੇ ਜੱਟ ਸੋ ਰਾਖੈ ਬੈਰ, ਔਰ ਮਜੀਠਾ ਪਿੰਡਾਂ ਲਾ ਕੇ ਉਹਨਾਂ ਦੇ ਜੱਟਾਂ ਨਾਲ ਵੈਰ ਸੀ। ਹਮਾਰਾ ਦਾਦਾ ਫੜ ਦਿਓ ਲਾਹੌਰ, ਔਰ ਕਹਿੰਦੇ ਆ ਵੀ ਸਾਡੇ ਦਾਦੇ ਨੂੰ ਭਾਈ ਮਹਤਾਬ ਸਿੰਘ ਜੀ ਨੂੰ ਫੜ ਕੇ ਭਗਤ ਨਿਰੰਜਨੀਆ ਹੀ ਲਾਹੌਰ ਲੈ ਗਿਆ ਸੀ। ਦੋਹਰਾ ਦੀਨ ਚਰਖ ਚੜਾਏ ਤਿੰਨ, ਤਾਰੂ ਸਿੰਘ ਕੇ ਸਾਥ, ਭਾਈ ਤਾਰੂ ਸਿੰਘ ਤੇ ਮਹਤਾਬ ਸਿੰਘ ਨੂੰ ਚਰਖੜੀ ਤੇ ਚਾੜ ਕੇ ਜਖਰੀਏ ਨੇ ਜਦੋਂ ਸ਼ਹੀਦ ਕੀਤਾ ਹੈ ਤਾਂ ਇਹ ਕੰਮ ਭਗਤ ਨਿਰੰਜਨੀਆ ਨੇ ਕਰਵਾਇਆ। ਤਾਰੂ ਸਿੰਘ ਨੂੰ ਵੀ ਜੰਡਿਆਲੇ ਵਾਲਿਆਂ ਨੇ ਗ੍ਰਿਫਤਾਰ ਕਰਾਇਆ, ਭਾਈ ਮਹਤਾਬ ਸਿੰਘ ਨੂੰ ਵੀ ਉਹੀ ਫੜ ਕੇ ਲੈ ਗਏ। ਨਵਾਬ ਤਬੈ ਪੇਟ ਪੀੜਿਆ, ਤੜਫ ਮੋਇਆ ਦਿਨ ਰਾਤ, ਜ਼ਕਰੀਆ ਖਾਨ ਦੇ ਪੇਟ ਜਦੋਂ ਸੂਲ ਉੱਠਿਆ ਸੀ ਤੇ ਉਹ ਤੜਫ ਤੜਫ ਕੇ ਮਰਿਆ ਸੀ। ਚਾਉ ਪਈ ਕਰਮਾ ਛੀਨਾ ਛੀਨੀ ਰਹਿ, ਛੀਨਿਆ ਦਾ ਰਹਿਣ ਵਾਲਾ ਕਰਮਾ ਛੀਨਾ ਜੱਟ ਬਹੁਤ ਵੈਰੀ ਸੀ ਪੰਥ ਖਾਲਸੇ ਦਾ। ਵਿਦੋਸ਼ੇ ਸਿੰਘਨ ਮਾਰਤ ਵਹਿ, ਉਹ ਵਿਦੋਸ਼ੇ ਸਿੰਘਾਂ ਨੂੰ ਮਾਰਦਾ ਸੀ, ਗੁਨਾਹ ਬੇਗੁਨਾਹਾਂ ਨੂੰ ਮਰਵਾਉਂਦਾ ਸੀ ਪਿੰਡਾਂ 'ਚੋਂ ਫੜ ਕੇ। ਛੀਨਿਆ ਦਾ ਕਰਮਾ ਛੀਨਾ ਕਰਕੇ ਮਸ਼ਹੂਰ ਹੈ। ਰਾਜੇ ਸਾਂਸੀ ਕੇ ਸਿੰਘ ਬਹੁ ਮਾਰੇ, ਉਹਨੇ ਰਾਜਾ ਸਾਂਸੀ ਪਿੰਡ ਦੇ ਬੜੇ ਸਿੰਘ ਮਰਵਾਏ ਕਰਮੇ ਛੀਨੇ ਨੇ। ਖਾਲਸੇ ਅੱਗੇ ਭਈ ਪੁਕਾਰੇ, ਇਹਨਾਂ ਸਿੰਘਾਂ ਦੀ ਪੁਕਾਰ ਦਰਗਾਹ 'ਚ ਗਈ। ਦੁਸ਼ਟ ਬਹੁਤ ਥੋ ਰਾਮਾ ਰੰਧਾਵਾ, ਸਭ ਤੋਂ ਵੱਡਾ ਵੈਰੀ ਖਾਲਸੇ ਦਾ ਸੀ ਰਾਮਾ ਰੰਧਾਵਾ। ਇਹ ਖਾਲਸਾ ਜੀ ਜਦੋਂ ਆਪਾਂ ਅੰਮ੍ਰਿਤਸਰ ਤੋਂ ਬਟਾਲੇ ਜਾਈਏ ਅਤੇ ਉਦੋਂ ਖੱਬੇ ਪਾਸੇ ਨੂੰ ਜਾਂਦੇ ਹਾਂ, ਖੱਬੇ ਪਾਸੇ ਨੂੰ ਇਲਾਕਾ ਪੈਂਦਾ ਰਾਮੇ ਰੰਧਾਵੇ ਦਾ, ਘਣੀਏ ਕੇ ਬਾਂਗਰ ਪਿੰਡ ਹੈ। ਇਹ ਘਣੀਏ ਕੇ ਬਾਂਗਰ ਪਿੰਡ ਦਾ ਸੀਗਾ ਰਾਮਾ ਰੰਧਾਵਾ। 300 ਕਿਲਾ ਜਿਨ ਆਪ ਬਣਾਵਾ, ਕਹਿੰਦੇ ਉਹਨੇ ਕਿਲਾ ਬਣਾਇਆ ਹੋਇਆ ਸੀ ਸਿੱਖਾਂ ਨੂੰ ਮਾਰਨ ਵਾਸਤੇ। ਵਹਿ ਸਿੰਘਨ ਕੋ ਬਹੁਤ ਅਕਾਵੈ, ਉਹ ਜ਼ਿਲ੍ਹੇ ਗੁਰਦਾਸਪੁਰ ਤੇ ਬਟਾਲੇ ਦੇ ਇਲਾਕੇ ਦੇ ਸਿੰਘਾਂ ਨੂੰ ਬਹੁਤ ਤੰਗ ਕਰਦਾ ਸੀ। ਆਪੇ ਪਕੜੇ ਆਪ ਮਰਾਵੈ, ਆਪੇ ਫੜ ਕੇ ਸਿੰਘਾਂ ਨੂੰ ਤਸੀਹੇ ਦੇ ਕੇ ਆਪ ਮਾਰਿਆ ਕਰਦਾ ਸੀ ਰਾਮਾ ਰੰਧਾਵਾ। ਤਿਨਹੈ ਕਹਾਣੀ ਜਗਤ ਚਲਾਈ, ਉਹਨੇ ਤੇ ਇੰਨਾ ਜ਼ੁਲਮ ਕੀਤਾ ਵੀ ਲੋਕਾਂ ਵਿੱਚ ਖਬਰ ਪੈ, ਇੱਕ ਗੱਲ ਫੈਲ ਗਈ ਸੀ ਉਸ ਵੇਲੇ, ਰਾਮੇ ਦੇਸ਼ ਨਾ ਜਾਇਓ ਭਾਈ। ਇਹ ਗੱਲ ਲੋਕਾਂ ਦੀ ਜ਼ੁਬਾਨ ਤੇ ਆ ਗਈ ਸੀ, ਰਾਮੇ ਦੇਸ਼ ਨਾ ਜਾਇਓ ਭਾਈ। ਜਿਵੇਂ ਆਪਾਂ ਕਹਿੰਦੇ ਨਾ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੜਦਾ ਦੂਣ ਸਵਾਏ ਹੋਏ, ਇੱਦਾਂ ਦੀਆਂ ਮੂੰਹ ਚੜੀਆਂ ਗੱਲਾਂ ਨੇ ਨਾ ਇਹ ਲੋਕਾਂ ਦੀ, ਇਹਨੂੰ ਕਹਿੰਦੇ ਆ ਅਖਾਉਤ, ਕਹਾਵਤਾਂ, ਲੋਕੋਕਤੀਆਂ। ਇਹ ਲੋਕੋਕਤੀਆਂ ਸਨ ਉਸ ਵੇਲੇ, ਇਹ ਵੀ ਲੋਕੋਕਤੀ ਸੀ ਕਿ ਰਾਮੇ ਦੇਸ਼ ਨਾ ਜਾਇਓ ਭਾਈ, ਰਾਮੇ ਦੇ ਦੇਸ਼ ਨਾ ਜਾਇਆ ਜੇ ਭਰਾਵੋ। ਹਮ ਰਾਮੇ ਦੇਸ਼ ਨਾ ਜਾਵਾਂਗੇ, ਇਹ ਵੀ ਸੀ ਹਮ ਰਾਮੇ ਦੇਸ਼ ਨਾ ਜਾਵਾਂਗੇ, ਲੋਕ ਕਹਿੰਦੇ ਸੀ ਰਾਮੇ ਦੇ ਮੁਲਕ ਨਹੀਂ ਜਾਣਾ। ਡੇਲਾ ਬਾਟਾ ਮਾਝੇ ਕੋ ਖਾਵਾਂਗੇ, ਅਸੀਂ ਡੇਲਾ ਬਾਟਾ ਖਾ ਲਾਂਗੇ। ਉਹ ਜਿਵੇਂ
ਡੇਲੇ ਪੀਲੂ ਮਿਲਦੇ ਸੀ ਨਾ ਉਸ ਵੇਲੇ ਗਰੀਬ ਲੋਕ ਵਿਚਾਰੇ, ਉਹ ਖਾਂਦੇ ਸੀ। ਕਹਿੰਦੇ ਆਪਣੇ ਪਿੰਡ ਦੀ ਰੁੱਖੀ ਸੁੱਖੀ ਖਾ ਲਾਂਗੇ, ਦੂਰ ਚਲੇ ਜਾਵਾਂਗੇ, ਪਰ ਰਾਮੇ ਦੇ ਦੇਸ਼ ਨਹੀਂ ਜਾਵਾਂਗੇ। ਇੰਨਾ ਜ਼ਾਲਮ ਸੀ ਉਹ। ਰਹਿ ਜੋਧਾ ਨਗਰੀ ਧਰਮ ਜੋ ਦਾਸ, ਜੋਧਾ ਨਗਰੀ ਦੇ ਵਿੱਚ ਧਰਮ ਦਾਸ ਇੱਕ ਰਹਿੰਦਾ ਸੀ। ਤੀਨੋ ਚਾਹੇ ਸੋ ਸਿੰਘਣ ਨਾਸ, ਕਹਿਣ ਨੂੰ ਧਰਮ ਦਾਸ ਸੀ ਪਰ ਹੈ ਅਧਰਮੀ ਪਾਪੀ ਸੀ। ਉਹਨੇ ਬੜੇ ਸਿੰਘ ਮਰਵਾਏ। ਮੱਸਾ ਰੰਗੜ ਰਹੇ ਮੰਡਿਆਲੇ, ਮੰਡਿਆਲੇ ਦਾ ਚੌਧਰੀ ਮੱਸਾ ਰੰਗੜ ਸਿੱਖਾਂ ਦਾ ਬੜਾ ਪੱਕਾ ਵੈਰੀ ਸੀ। ਕਰੈ ਬੇਅਦਬੀ ਆਏ ਦਰਬਾਰ ਹੈ ਨਾਲੇ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚ ਮੰਜੇ ਡਾਹ ਕੇ ਹੁੱਕੇ ਪੀਂਦਾ ਸੀ। ਦੋਹਰਾ ਸਾਹਿਬ ਰਾਏ ਸੰਧੂ ਹੁਤੋ ਬਸੈ ਨੁਸ਼ਹਿਰੇ ਗਾਏ, ਨੁਸ਼ਹਿਰੇ ਪਿੰਡ ਵਿੱਚ ਸਾਹਿਬ ਰਾਏ ਸੰਧੂ ਜਿਹਦਾ ਪਿੱਛੇ ਜ਼ਿਕਰ ਆਇਆ, ਜਿਹਨੇ ਭਾਈ ਤਾਰਾ ਸਿੰਘ ਡਲਮਾਂ ਵਾਲੇ ਸ਼ਹੀਦ ਕਰਾਏ, ਉਹ ਉੱਥੇ ਦਾ ਚੌਧਰੀ ਸੀ। ਫੜ ਫੜ ਸਿੰਘਣ ਵਹਿ ਕੱਟੈ ਸਿਰ ਦੇ ਲਾਹੌਰ ਪਹੁੰਚਾਏ, ਉਹ ਸਿੰਘਾਂ ਦੇ ਸਿਰ ਵੱਢ ਵੱਢ ਕੇ ਲਾਹੌਰ ਪਹੁੰਚਾਉਂਦੇ ਸੀ। ਜਿੰਨੇ ਵੀ ਇਹ ਕਰਮਾ ਛੀਮਾ ਰਾਂਬਾ ਰੰਧਾਵਾ ਸਾਹਿਬ ਰਾਏ ਇਹ ਮੱਸਾ ਰੰਗੜ ਇਹ ਸਰਕਾਰ ਦੇ ਸਮਝੋ ਉਸ ਵੇਲੇ ਤੇ ਵੱਡੇ ਟੌਟ ਮੁਖਬਰ ਸਨ। ਚੌਧਰੀ ਲੋਕ ਇਹ ਸਿੱਖਾਂ ਦੇ ਵੈਰੀ ਬਣ ਗਏ ਸਨ। ਜਾਉ ਪਈ ਤਾਰੂ ਸਿੰਘ ਪਰ ਚੁਗਲੀ ਖਾਈ, ਇਹਨਾਂ ਨੇ ਤਾਰੂ ਸਿੰਘ ਤੇ ਚੁਗਲੀ ਖਾ ਕੇ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਾਇਆ ਸੀ। ਤੁਰਕਾਂ ਕੀ ਉਹਨ ਫੌਜ ਮੰਗਾਈ, ਔਰ ਤੁਰਕਾਂ ਦੀ ਫੌਜ ਮੰਗਵਾ ਕੇ ਤਾਰੂ ਸਿੰਘ ਨੂੰ ਪਕੜਾਇਆ ਸੀ। ਆਏ ਤੁਰਕਾਂ ਸੋ ਲਇਓ ਗਹਾਏ, ਤੁਰਕਾਂ ਨੇ ਤਾਰੂ ਸਿੰਘ ਨੂੰ ਫੜਿਆ ਸੀ। ਲਾਹੌਰ ਮੱਦ ਸੋ ਦਿਓ ਪਹੁੰਚਾਏ, ਲਾਹੌਰ ਦੇ ਵਿੱਚ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਗਏ ਸੀਗੇ। ਇਹਨਾਂ ਦਿਨਾਂ ਦੀ ਇਹ ਦਰਸਤਾਨ ਬੜੀ ਖੂਨ ਦੀ ਭਿੱਜੀ ਹੋਈ ਹੈ। ਜਦੋਂ ਆਪਣੇ ਵੀ ਵੈਰੀ ਬਣ ਗਏ ਤੇ ਬਗਾਨੇ ਦਾ ਹੈ ਹੀ ਸੀਗੇ, ਫਿਰ ਕੌਣ ਉਸ ਵੇਲੇ ਇਸ ਪੰਥ ਨੂੰ ਬਚਾਉਣ ਵਾਲਾ ਸੀ? ਕਲਗੀਆਂ ਵਾਲਾ ਪਾਤਸ਼ਾਹੀ ਸੀ। ਗੁਰੂ ਦੇ ਭਰੋਸੇ ਦੇ ਸਿੰਘ ਟਾਈਮ ਕੱਟ ਰਹੇ ਸਨ।